ਸਵਾਰਾ ਸੁਖ ਨਿਕੇਤ। ਨਕੇਤ ਮੈਨੇ ਗੁਰਮੁਖੋ ਘਰ ਹੁੰਦਾ, ਸੁੱਖਾਂ ਦੇ ਨਕੇਤ, ਸੁੱਖਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਨੇ ਉਹ ਖੇਤ ਫੇਰ ਉਸੇ ਤਰ੍ਹਾਂ ਹਰਿਆ ਭਰਿਆ ਕਰ ਦਿੱਤਾ। ਲੈ ਲਹਾਉਣ ਲੱਗਾ ਉਹ ਖੇਤ ਉਸੇ ਤਰ੍ਹਾਂ ਹੀ ਫੇਰ ਦੁਬਾਰਾ ਸਰ ਸਬਜ ਹੋ ਗਿਆ, ਜਿਵੇਂ ਕਦੇ ਉਜੜਿਆ ਨਹੀਂ ਹੁੰਦਾ ਹੈ। ਜਪੇ ਜਾਹੇ ਕਰ ਸੌਦਾ ਸੱਚਾ, ਕਹਿੰਦੇ ਉਹ ਗੁਰੂ ਨਾਨਕ ਪਾਤਸ਼ਾਹ ਜਿਹੜੇ ਸੱਚਾ ਸੌਦਾ ਕਰਦੇ ਰਹੇ ਹਨ। ਕਾਲੂ ਪਕੜਾ ਲਾਏ ਤਮਾਚਾ, ਤੇ ਗੁਰਮੁਖੋ ਜਿੱਥੇ ਸੱਚਾ ਸੌਦਾ ਵੀ ਕੀਤਾ, ਉਹ ਵੀ ਜਗ੍ਹਾ ਜਿੱਥੇ ਪਿਤਾ ਕਾਲੂ ਜੀ ਨੇ ਤਮਾਚਾ ਮਾਰਿਆ ਸੀ। ਕਹਿੰਦੇ ਨੇ ਉਹ ਵੀ ਗਰੀਬ ਨਵਾਜ ਜੀ ਨੇ ਜਗ੍ਹਾ ਗੁਰਮੁਖੋ ਜਿਹੜੀ ਉਹਨਾਂ ਦੇ ਚਰਨਾਂ ਨਾਲ ਪਵਿੱਤਰ ਹੋਈ ਹੈ, ਜਿੱਥੇ ਵਣ ਦੇ ਰੁੱਖ ਦੇ ਥੱਲੇ ਸਤਿਗੁਰ ਬਿਰਾਜਮਾਨ ਹੋਏ ਸਨ। ਸਮਾਨ ਸੋਏ ਜਿੱਥੇ ਸ਼ੇਸ਼ ਨਾਗ ਨੇ ਭਾਵ ਸੱਪ ਨੇ ਆ ਕੇ ਛਾਂ ਕੀਤੀ ਸੀ ਸੁੱਤਿਆਂ ਦੇ ਮੁਖਾਰ ਬਿੰਦ ਤੇ, ਵੀ ਸਤਿਗੁਰੂ ਜੀ ਸੁੱਤੇ ਪਏ ਨੇ ਤੇ ਸੂਰਜ ਜਿਹੜਾ ਉਹ ਹੋਰ ਵੀ ਜ਼ਿਆਦਾ ਤੇਜ਼ ਹੋ ਗਿਆ, ਰੁੱਖ ਦੀ ਛਾਂ ਫਿਰ ਗਈ ਆ ਤੇ ਪਸ਼ੂ ਪੰਛੀ ਵੀ ਵੇਖੋ ਕਿਵੇਂ ਗੁਰੂ ਦਾ ਅਹਿਤਰਾਮ ਕਰਦੇ ਹਨ, ਇੱਜ਼ਤ ਕਰਦੇ ਹਨ, ਸ਼ਰਧਾ ਭਾਵਨਾ ਨਾਲ ਕਿੱਦਾਂ ਸੇਵਾ 'ਚ ਹਾਜ਼ਰ ਰਹਿੰਦੇ ਹਨ। ਜਦੋਂ ਵੇਖਿਆ ਨਾ ਰੁੱਖ ਦੀ ਛਾਂ ਫਿਰ ਗਈ ਹੈ, ਮੇਰੇ ਮਾਲਕ ਦੇ ਕਮਲ ਵਰਗੇ ਮੁਖੜੇ ਤੇ ਸੂਰਜ ਦੀਆਂ ਤੇਜ ਕਿਰਨਾਂ ਪੈ ਰਹੀਆਂ ਹਨ, ਸੱਪ ਨੇ ਆ ਕੇ ਆਪਣੀ ਫਣ ਦੇ ਨਾਲ ਸੂਰਜ ਦੀਆਂ ਕਿਰਨਾਂ ਆਪਣੇ ਉੱਤੇ ਝੱਲ ਲਈਆਂ, ਸਤਿਗੁਰਾਂ ਦੇ ਪਿਆਰੇ ਮੁਖਾਰ ਬਿੰਦ ਨੂੰ ਸੇਕ ਨਾ ਲੱਗਣ ਦਿੱਤਾ, ਧੁੱਪ ਨਾ ਲੱਗਣ ਦਿੱਤੀ, ਆਰਾਮ ਨਾਲ ਮਹਾਰਾਜ ਵਿਸ਼ਰਾਮ ਕਰਦੇ ਰਹਿ, ਬਿਰਾਜੇ ਰਹਿ। ਉਹ ਵੀ ਕਹਿੰਦੇ ਜਗ੍ਹਾ ਨਿਹਾਰੀ ਹੈ ਜੀ, ਹਰ ਗੋਬਿੰਦ ਕੋ ਅਸਥਾਨ, ਕਹਿੰਦੇ ਉਹ ਸਤਿਗੁਰੂ ਹਰ ਗੋਬਿੰਦ ਦਾ ਸਥਾਨ ਵੀ ਉਤਰੇ ਹੈ ਤੇ ਦਰਸ ਭਗਵਾਨ। ਤੇ ਗੁਰੂ ਰਾਮ ਸਿੰਘ ਮਹਾਰਾਜ ਜੀ ਦਰਸ਼ਨ ਕਰਨ ਦੇ ਵਾਸਤੇ ਉਤਰੇ ਹਨ। ਬਾਲੇ ਭਾਈ ਕਾ ਜੋ ਖੂਆ, ਕਹਿੰਦੇ ਨੇ ਭਾਈ ਬਾਲੇ ਦਾ ਖੂਹ ਵੀ ਗੁਰਮੁਖੋ ਉੱਥੇ ਮੌਜੂਦ ਸੀ। ਕਈ ਮਨੁੱਖ ਕਹਿੰਦੇ ਨੇ ਵੀ ਜਦੋਂ ਸੱਚਾ ਸੌਦਾ ਕੀਤਾ ਨਾ ਮੇਰੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਨੇ, ਤੇ ਪਤਾ ਹੀ ਸੀ ਵੀ ਪਿਤਾ ਜੀ ਪਰੇਸ਼ਾਨ ਹੋਣਗੇ, ਗਾਲਾਂ ਕੱਢਣਗੇ, ਜਾਂ ਉਹਨਾਂ ਦਾ ਦੁਨੀਆਦਾਰੀ ਵਾਲਾ ਗੁਰਮੁਖੋ ਸੁਭਾਅ ਸੀ। ਤੇ ਜੇ ਦੁਨੀਆਦਾਰੀ ਦੀ ਨਜ਼ਰ ਤੋਂ ਵੇਖੀਏ ਤੇ ਮਹਿਤਾ ਕਾਲੂ ਜੀ ਕੋਈ ਗਲਤ ਨਹੀਂ ਲੱਗਦੇ। ਹਰ ਇੱਕ ਮਾਤਾ ਪਿਤਾ ਆਪਣੇ ਬੱਚਿਆਂ ਤੋਂ ਕੋਈ ਉਮੀਦ ਰੱਖਦਾ। ਜੇ ਸੰਸਾਰ ਵੱਲੋਂ ਵੇਖੀਏ ਤੇ ਇੱਕ ਪਿਤਾ ਦਾ ਦਰਦ ਝਲਕਦਾ, ਜੇ ਦੁਨੀਆਦਾਰੀ ਵੱਲੋਂ ਵੇਖੀਏ ਤੇ ਇੱਕ ਪਿਤਾ ਦਾ ਦੁੱਖ ਆ ਆਪਣੇ ਬੱਚੇ ਦੇ ਪਤੀ, ਇੱਕ ਪਿਤਾ ਦੀ ਫਿਕਰ ਆ ਮਨ ਦੇ ਵਿੱਚ ਵੀ ਮੇਰਾ ਪੁੱਤ ਕੀ ਕਰਦਾ, ਇਹ ਦੁਨੀਆਦਾਰੀ 'ਚ ਕਿਵੇਂ ਵਿਚਰੇਗਾ, ਇਹ ਕੱਲ੍ਹ ਨੂੰ ਕੀ ਕਰੇਗਾ, ਆਪਣਾ ਪਰਿਵਾਰ ਟੱਬਰ ਕਿਵੇਂ ਪਾਲੇਗਾ, ਇਹ ਜ਼ਿੰਦਗੀ ਕਿਵੇਂ ਬਸਰ ਕਰੇਗਾ। ਮਾਤਾ ਪਿਤਾ ਦੇ ਮਨ ਵਿੱਚ ਹੁੰਦਾ ਵੀ ਸਾਡੇ ਬੱਚੇ ਪੈਰਾਂ 'ਤੇ ਖੜ੍ਹੇ ਹੋ ਜਾਣ, ਕੋਈ ਧਨ ਪਦਾਰਥ ਕਮਾ ਲੈਣ, ਕੋਈ ਨਾ ਕੋਈ ਦੌਲਤ, ਕੋਈ ਨਫ਼ਾ ਖੱਟ ਲੈਣ,
ਪਰ ਗੁਰਮੁਖੋ ਮੈਂ ਤਾਂ ਕਾਲੂ ਜੀ ਦੀ ਜਿੰਨੀ ਕੁ ਪਹੁੰਚ ਹੈ ਉਹਦੇ ਹਿਸਾਬ ਨਾਲ ਉਹ ਪਿਤਾ ਹੁੰਦੇ ਹੋਏ ਫਿਕਰਮੰਦ ਨੇ। ਆਪ ਉਹ ਇੱਕ ਕਾਮਯਾਬ ਇਨਸਾਨ ਸਨ, ਆਪ ਉਹ ਇੱਕ ਕਾਮਯਾਬ ਦੁਨੀਆਦਾਰੀ ਦੇ ਵਿੱਚ ਬਿਲਕੁਲ ਨਿਪੁੰਨ ਸਨ, ਸਮ੍ਰਿੱਧ ਸਨ, ਇੱਜ਼ਤ ਸੀ, ਕੰਮਕਾਰ ਸੀ, ਸਭ ਕੁਝ ਸੀ। ਅਤੇ ਜੋ ਕੁਝ ਉਹਨਾਂ ਦਾ ਆਪਣੇ ਪ੍ਰਤੀ ਨਜ਼ਰੀਆ ਸੀ ਜਾਂ ਜੋ ਕੁਝ ਉਹਨਾਂ ਜ਼ਿੰਦਗੀ 'ਚ ਆਪ ਕੀਤਾ, ਉਹ ਚਾਹੁੰਦੇ ਸੀ ਮੇਰਾ ਪੁੱਤ ਵੀ ਮੇਰੇ ਤੋਂ ਵੱਧ ਕੋਈ ਕੰਮ ਕਰੇ, ਅੱਗੇ ਜਾਵੇ। ਇਸੇ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਪਹਿਲਾਂ ਹਿੰਦੀ ਪੜ੍ਹਾਈ ਗਈ, ਬੜੀ ਵਧੀਆ ਹਿੰਦੀ ਪੜ੍ਹੇ, ਫਿਰ ਸੰਸਕ੍ਰਿਤ ਪੜ੍ਹਨ ਵਾਸਤੇ ਵੀ ਭੇਜਿਆ ਅਤੇ ਸਤਿਗੁਰਾਂ ਨੇ ਸੰਸਕ੍ਰਿਤ ਦਾ ਵੀ ਬਕਾਇਦਾ ਗਿਆਨ ਲਿਆ। ਹਿਸਾਬ ਕਿਤਾਬ ਤਾਂ ਸਿੱਖਿਆ ਹੀ ਜਾਣਾ ਸੀ, ਉਹ ਤਾਂ ਸਿੱਖਣਾ ਹੀ ਸੀ ਕਿਉਂਕਿ ਇਹਦੇ ਤੋਂ ਬਿਨਾਂ ਪੜ੍ਹਾਈ ਅਧੂਰੀ ਸੀ। ਉਸ ਸਮੇਂ ਦੀ ਭਾਸ਼ਾ ਵਾ ਗੁਰਮੁਖ ਪਿਆਰੇ, ਉਹ ਫਾਰਸੀ ਸਰਕਾਰੀ ਭਾਸ਼ਾ ਆ ਫਾਰਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਵੀ ਦਰਬਾਰ ਦੀ ਭਾਸ਼ਾ ਫਾਰਸੀ ਭਾਸ਼ਾ ਰਹੀ ਹੈ, ਸਾਰਾ ਕੰਮ ਫਾਰਸੀ ਵਿੱਚ ਹੀ ਹੁੰਦਾ। ਗੁਰੂ ਗੋਬਿੰਦ ਸਿੰਘ ਵੇਲੇ ਵੀ ਸਾਰੀ ਭਾਸ਼ਾ ਫਾਰਸੀ ਵਿੱਚ ਸੀ ਅਤੇ ਕਲਗੀਧਰ ਬੜੀ ਆਲਾ ਫਾਰਸੀ ਜਾਣਦੇ ਸਨ, ਬੜੇ ਵੱਡੇ ਵਿਦਵਾਨ ਸਨ ਫਾਰਸੀ ਦੇ। ਗੁਰੂ ਨਾਨਕ ਪਾਤਸ਼ਾਹ ਵੀ ਫਾਰਸੀ ਪੜ੍ਹੀ, ਚੰਗੀ ਤਰ੍ਹਾਂ ਪੜ੍ਹਾਈ ਗਈ। ਅਰਬੀ ਤਾਂ ਪੜ੍ਹਨੀ ਕਿਉਂਕਿ ਉਸ ਸਮੇਂ ਮਦਰੱਸੇ ਸਨ, ਮਦਰੱਸਿਆਂ 'ਚ ਜਾਣਾ ਪੈਂਦਾ ਸੀ, ਅਰਬੀ ਪੜ੍ਹਾਉਂਦੇ ਸਨ, ਕੁਰਾਨ ਦੀ ਵੀ ਤਲਾਵਤ ਕਰਾਉਂਦੇ ਸਨ, ਇਹ ਲਾਜ਼ਮੀ ਗੱਲ। ਅਤੇ ਗੁਰਮੁਖੋ ਬੜਾ ਜਦੋਂ ਹਿੰਦੁਸਤਾਨ ਪਾਕਿਸਤਾਨ ਨਹੀਂ ਸੀ ਬਣਿਆ, ਜਿਹੜੇ ਸਾਡੇ ਬਜ਼ੁਰਗ ਜਾਂ ਪੜ੍ਹਦੇ ਸਨ ਅਤੇ ਉਹ ਤਕਰੀਬਨ ਹੀ ਬੜੇ ਬੜੇ ਵਿਦਵਾਨ ਜਿਹੜੇ ਬੰਦੇ ਉਹ ਕੁਰਾਨ ਜਾਣਦੇ ਸਨ। ਇੱਕ ਬੜੇ ਵੱਡੇ ਵਿਦਵਾਨ ਹੋਏ ਨੇ ਸਿੱਖ ਜਗਤ ਵਿੱਚ, ਰਾਮਗੜੀਆ ਪਰਿਵਾਰ 'ਚੋਂ ਪੈਦਾ ਹੋਏ, ਗੁਰਦਾਸਪੁਰ ਜ਼ਿਲ੍ਹਾ ਵਾ ਅਤੇ ਪਿੰਡ ਆ ਝੌਰ, ਗਿਆਨੀ ਮਾਨ ਸਿੰਘ ਉਹਨਾਂ ਦਾ ਨਾਮ ਸੀ। ਅਤੇ ਉਹਨਾਂ ਦੇ ਇੱਕ ਰਿਕਾਰਡ ਵਿੱਚ ਮੈਂ ਸੁਣਿਆ, ਉਹ ਕਹਿੰਦੇ ਨੇ ਕਿ ਸ੍ਰੀ ਮਾਨ, ਵੇਖਿਓ ਨਾਮ ਕਿਵੇਂ ਲੈਂਦੇ ਆ, ਉਹ ਕਹਿੰਦੇ ਸ੍ਰੀ ਮਾਨ ਨਿਧਾਨ ਸਿੰਘ ਆਲਮ ਸਾਹਿਬ, ਇੱਦਾਂ ਕਹਿ ਕੇ ਆਲਮ ਜੀ ਦਾ ਨਾਮ ਲੈਂਦੇ ਨੇ ਝੌਰ ਜੀ। ਉਹ ਕਹਿੰਦੇ ਸ੍ਰੀ ਮਾਨ ਨਿਧਾਨ ਸਿੰਘ ਆਲਮ ਸਾਹਿਬ ਇੱਕ ਮਸੀਤ ਵਿੱਚ ਕੁਰਾਨ ਪੜ੍ਹਦੇ ਪਏ ਸੀ, ਕੁਰਾਨ ਦੀ ਕਥਾ ਕਰਦੇ ਪਏ ਸਨ। ਕਥਾ ਕਰਦਿਆਂ ਕਰਦਿਆਂ ਅਤੇ ਉਹਨਾਂ ਨੇ ਇੱਕ ਕੁਰਾਨ ਦੀ ਆਇਤ ਗਲਤ ਪੜ੍ਹ ਦਿੱਤੀ ਅਤੇ ਸਾਹਮਣੇ ਇੱਕ ਮੁਸਲਮਾਨ ਉੱਠਿਆ, ਉਹ ਕਹਿੰਦਾ ਸਾਹਿਬ ਗਲਤ ਮਤ ਬਕੇ, ਗਲਤ ਨਾ ਪੜ੍ਹੋ, ਕਿਉਂਕਿ ਮੁਸਲਮਾਨ ਤਕਰੀਬਨ ਹੀ ਇਹਨੂੰ ਹਿਫਜ਼ ਕਰਦੇ ਨੇ ਅਤੇ ਜਦੋਂ ਯਾਦ ਕਰ ਲੈਣ ਕੁਰਾਨ ਨੂੰ ਉਹਨੂੰ ਹਾਫਿਜ਼ ਕਹਿੰਦੇ ਨੇ, ਵੀ ਇਹ ਹਾਫਿਜ਼ ਆ, ਸਾਰੀ ਕੁਰਾਨ ਯਾਦ ਕੀਤੀ ਹੋਈ ਹੈ। ਅੱਜ ਵੀ ਕਰਦੇ ਨੇ ਉਹਨਾਂ ਦੇ ਬੱਚੇ, ਆਪ ਵੀ ਕਰਦੇ ਨੇ। 7 ਸਾਲ ਦਾ ਕੋਰਸ ਆ ਮੌਲਵੀ ਬਣਨ ਦਾ, ਜੇ ਕੋਈ ਮੌਲਵੀ ਬਣਨਾ ਚਾਹੁੰਦਾ ਮਸੀਤ ਵਿੱਚ ਤਾਂ 7 ਸਾਲ ਪਹਿਲਾਂ ਉਹਨੂੰ ਪੜ੍ਹਨਾ ਪਵੇਗਾ ਅਤੇ ਫਿਰ ਜਾ ਕੇ ਉਹ ਮੌਲਵੀ ਲੱਗੇਗਾ। ਗੁਰਮੁਖ ਪਿਆਰਿਓ, ਜਦੋਂ ਉਹਨਾਂ ਨੇ ਗਲਤ ਪੜ੍ਹ ਦਿੱਤੀ ਨਾ ਅਤੇ ਉਹ ਬਹਿ ਗਿਆ ਅਤੇ ਆਲਮ ਜੀ ਨੇ ਫਿਰ ਸਹੀ ਵੀ ਪੜ੍ਹ ਦਿੱਤੀ। ਜਦੋਂ ਸਹੀ ਪੜ੍ਹ ਦਿੱਤੀ ਅਤੇ ਉਹ ਬੰਦਾ ਫਿਰ ਉੱਠ ਕੇ ਖਲੋਤਾ ਅਤੇ ਉਹ ਕਹਿੰਦਾ ਮਹਾਰਾਜ ਪਹਿਲਾਂ ਤੁਸੀਂ
ਗਲਤ ਕਿਉਂ ਪੜ੍ਹੀ ਜੇ ਤੁਹਾਨੂੰ ਸਹੀ ਆਉਂਦੀ ਸੀ ਤੇ ਫਿਰ ਗਲਤ ਕਿਉਂ ਪੜ੍ਹਿਆ? ਤੇ ਉਹ ਕਹਿੰਦੇ ਆਲਮ ਜੀ ਕਹਿਣ ਲੱਗੇ ਵੀ ਮੈਂ ਵੇਖਣਾ ਚਾਹੁੰਦਾ ਸਾਂ ਵੀ ਮੈਂ ਜਿਨ੍ਹਾਂ ਦੇ ਅੱਗੇ ਬੋਲਦਾ ਪਿਆਂ ਕੰਨਾਂ ਵਾਲਿਆਂ ਅੱਗੇ ਰੋਣ ਡਿਆਂ ਕਿ ਬੋਲਿਆਂ ਅੱਗੇ ਹੀ ਰੋਈ ਜਾਂਦਾ ਬੋਲੀ ਜਾਂਦਾ, ਵੀ ਮੈਨੂੰ ਕੋਈ ਸੁਣਨ ਵਾਲਾ ਵੀ ਤੁਹਾਡੇ 'ਚ ਬੈਠਾ ਕਿ ਨਹੀਂ ਬੈਠਾ? ਸਾਰੇ ਹੀ ਲੋਕ ਤਕਰੀਬਨ ਜਿਹੜੇ ਉਦੋਂ ਮਦਰੱਸਿਆਂ ਵਿੱਚ ਕੁਰਾਨ ਦੀ ਜਿਹੜੀ ਵਿੱਦਿਆ ਇਹ ਵੀ ਲੈਂਦੇ ਸਨ, ਪੜ੍ਹਦੇ ਸਨ। ਲਾਜ਼ਮੀ ਗੱਲ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਜਿੱਥੇ ਫਾਰਸੀ ਪੜ੍ਹੀ ਆ ਉੱਥੇ ਅਰਬੀ ਵੀ ਪੜ੍ਹੀ ਆ। ਮੁਸਲਮਾਨਾਂ ਦੇ ਵਿਚਾਰ ਇਤਿਹਾਸ ਵਿੱਚ ਗੁਰੂ ਨਾਨਕ ਪ੍ਰਤੀ ਅਲਹਿਦਾ ਹਨ। ਇੱਕ ਮੁਸਲਮਾਨ ਫਿਲਾਸਫਰ ਕਹਿੰਦਾ ਵੀ ਗੁਰੂ ਨਾਨਕ ਪਾਤਸ਼ਾਹ ਇੱਦਾਂ ਦੇ ਸਨ ਕਿ ਉਹਨਾਂ ਵਿੱਚ ਕੋਈ ਕੱਟੜਤਾ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਮਜ਼ਹਬੀ ਭੇਦ ਭਾਵ ਨਹੀਂ ਹੈ। ਉਹ ਕਹਿੰਦੇ ਇੱਥੋਂ ਤੱਕ ਗਿਆਨ ਲੈਣ ਦੇ ਵਾਸਤੇ ਕਦੇ ਕਦੇ ਨਮਾਜ਼ੀਆਂ ਵਿੱਚ ਜਮਾਤ ਨਾਲ ਖਲੋ ਕੇ ਇਹ ਨਮਾਜ਼ ਵੀ ਪੜ੍ਹ ਲਿਆ ਕਰਦੇ ਸਨ, ਇਹ ਮੁਸਲਮਾਨ ਕਹਿੰਦੇ ਆ। ਉਹ ਮੁਸਲਮਾਨ ਸੱਜਣ ਕਹਿੰਦਾ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜਾਣ ਲੱਗੇ ਨੇ ਉਦਾਸੀਆਂ ਦੇ ਉੱਤੇ ਸੰਸਾਰ ਦਾ ਰਟਨ ਕਰਨ, ਮਨੁੱਖਤਾ ਦਾ ਭਲਾ ਕਰਨ, ਅਤੇ ਇਹ ਨਹੀਂ ਹੈ ਕਿ ਜਿਹੜਾ ਮਨੁੱਖਤਾ ਦਾ ਭਲਾ ਕਰਨ ਨਿਕਲਿਆ ਅਤੇ ਆਪਣੇ ਬੱਚਿਆਂ ਨੂੰ ਲਵਾਰ ਸੀ ਛੱਡ ਜਾਏ ਅਤੇ ਕੋਈ ਸਾਰ ਹੀ ਨਾ ਲਵੇ ਅਤੇ ਉਹਨਾਂ ਦਾ ਪ੍ਰਬੰਧ ਹੀ ਕੋਈ ਨਾ ਕਰੇ। ਬੜੇ ਜ਼ਿੰਮੇਵਾਰੀ ਦੇ ਨਾਲ ਸਤਿਗੁਰਾਂ ਗ੍ਰਿਸਤ ਧਰਮ ਦਾ ਕਾਰਜ ਵੀ ਨਿਭਾਇਆ। ਉਹ ਸੱਜਣ ਕਹਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਜ਼ਮੀਨ ਲੈ ਕੇ ਦਿੱਤੀ ਹੈ ਆਪਣੇ ਮੂਲ ਚੰਦ, ਉਹਨਾਂ ਦਾ ਸਹੁਰਾ ਜਿਹੜਾ ਸੱਸ ਚੰਦੋ ਰਾਣੀ ਹੈ, ਮੂਲ ਚੰਦ ਵੀ ਪਟਵਾਰੀ ਸੀ, ਪੜ੍ਹਿਆ ਲਿਖਿਆ ਸੀ, ਪਟਵਾਰੀ ਨੇ ਪਟਵਾਰੀ ਦੇ ਲੜਕੇ ਨੂੰ ਹੀ ਆਪਣੀ ਕੁੜੀ ਦਾ ਆਨੰਦ ਜਿਹੜਾ ਵਿਆਹ ਕੀਤਾ। ਗੁਰੂ ਨਾਨਕ ਪਾਤਸ਼ਾਹ ਨੇ ਪੈਸੇ ਦਿੱਤੇ ਨੇ, ਜ਼ਮੀਨ ਲਈ ਆ ਅਤੇ ਬੱਚਿਆਂ ਦੇ ਖਾਣ ਪੀਣ ਦਾ, ਰਹਿਣ ਸਹਿਣ ਦਾ, ਪਰਵਰਿਸ਼ ਦਾ ਪ੍ਰਬੰਧ ਕਰਕੇ ਸਾਰਾ ਚੰਗੀ ਤਰ੍ਹਾਂ, ਅਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਇੱਥੋਂ ਘਰ ਤੋਂ ਗਏ ਨੇ। ਸਤਿਗੁਰਾਂ ਦੇ ਜੋ ਭੈਣ ਜੀ ਸਨ ਉਹਨਾਂ ਦੇ ਬੱਚਾ ਕੋਈ ਨਹੀਂ ਸੀ ਹੈਗਾ, ਇਸ ਕਰਕੇ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੁੱਤਰ ਸ਼੍ਰੀ ਚੰਦ ਆਪਣੇ ਕੋਲ ਰੱਖ ਕੇ ਪਾਲਿਆ। ਬਾਬਾ ਸ਼੍ਰੀ ਚੰਦ ਜੀ ਭੂਆ ਕੋ ਰਹਿ ਕੇ ਹੀ ਜਿਹੜਾ ਵੱਡੇ ਹੋਏ ਨੇ ਉੱਥੇ ਹੀ ਪਲੇ ਨੇ, ਕਿਉਂਕਿ ਉਹਨਾਂ ਨੇ ਲੈ ਲਿਆ ਸੀ ਭੈਣ ਜੀ ਨੇ ਵੀ ਮੇਰੇ ਕੋਲ ਬੱਚਾ ਕੋਈ ਨਹੀਂ, ਪੁੱਤਰ ਕੋਈ ਨਹੀਂ, ਅਤੇ ਇਹਨੂੰ ਹੀ ਮੈਂ ਆਪਣਾ ਪੁੱਤ ਬਣਾ ਕੇ ਪਾਲ ਲੈਂਦੀ ਹਾਂ। ਅਤੇ ਜਿਹੜੇ ਛੋਟੇ ਸਨ ਸਤਿਗੁਰਾਂ ਦੇ ਸਪੁੱਤਰ ਲਖਮੀ ਚੰਦ ਜੀ, ਉਹ ਫਿਰ ਆਪਣੇ ਨਾਨਕੇ ਚਲੇ ਗਏ ਜਦੋਂ ਸਤਿਗੁਰ ਉਦਾਸੀਆਂ 'ਤੇ ਗਏ ਨੇ ਮਹਾਰਾਜ। ਅਤੇ ਗੁਰਮੁਖ ਪਿਆਰਿਓ ਆਪਣੇ ਇਤਿਹਾਸ ਵਿੱਚ ਵੀ ਲਿਖਿਆ ਵੀ 760 ਰੁਪਈਏ ਗੁਰੂ ਨਾਨਕ ਦੇ ਬਕਾਇਆ ਸੀ ਜਦੋਂ ਨੌਕਰੀ ਛੱਡੀ ਆ। 760 ਰੁਪਈਏ ਬਹੁਤ ਜ਼ਿਆਦਾ ਰੁਪਈਏ ਨੇ ਗੁਰਮੁਖੋ, ਬਹੁਤ ਜ਼ਿਆਦਾ, ਜਿਹਦੇ ਨਾਲ ਇੱਕ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਸਕਦੀ ਸੀ। ਉਸ ਸਮੇਂ ਦੇ ਹਿਸਾਬ ਨਾਲ ਇੱਕ ਮਨੁੱਖ ਦਾ ਸਾਰੀ ਜ਼ਿੰਦਗੀ ਦਾ ਖਾਣ ਪੀਣ ਦਾ ਪ੍ਰਬੰਧ ਹੋ ਸਕਦਾ 760 ਦੇ ਨਾਲ। ਖੈਰ, ਉਹ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਭੂਮੀ ਆ ਜਿੱਥੇ ਸਤਿਗੁਰਾਂ ਚੋਜ ਕੀਤੇ, ਜਿੱਥੇ ਸੱਪ ਨੇ ਛਾਂ ਕੀਤੀ, ਜਿੱਥੇ ਪਸ਼ੂ ਜਿਹੜੇ ਸਨ ਖੇਤ ਚਰ ਗਏ, ਜਿੱਥੇ ਸਤਿਗੁਰਾਂ ਨੇ ਸੱਚਾ ਸੌਦਾ ਕਰਕੇ ਵਾਪਸ ਆਏ। ਉਹ ਤੇਜ ਭਾਨ, ਭਾਈ ਬਾਲੇ ਦੇ ਪਿਤਾ ਦਾ ਨਾਮ ਸੀ ਤੇਜ ਭਾਨ, ਸੰਧੂ ਸੀ ਭਾਈ ਬਾਲਾ,
ਭਾਈ ਬਾਲੇ ਦੇ ਖੂਹ ਤੇ ਆਣ ਕੇ ਖਲੋ ਗਏ। ਗੁਰੂ ਨਾਨਕ ਮਹਾਰਾਜ ਵੀ ਪਿਤਾ ਜੀ ਨੇ ਗੁੱਸੇ ਤੇ ਆਉਣਾ ਹੀ ਆਉਣਾ ਵਾ, ਤੇ ਉਹ ਭਾਈ ਬਾਲੇ ਦਾ ਖੂਹ ਸੀ ਜਿੱਥੇ ਆਣ ਕੇ ਖਲੋਤੇ ਸਨ ਪਿਤਾ ਜੀ ਤੋਂ ਵੀ ਕਿਤੇ ਇੱਥੇ ਆਉਣਗੇ ਪਰੇਸ਼ਾਨ ਹੋਣਗੇ, ਤੇ ਭਾਈ ਬਾਲੇ ਨੇ ਦੱਸ ਦਿੱਤਾ ਵੀ ਸਾਡੇ ਖੂਹ ਦੇ ਉੱਤੇ ਬੈਠੇ ਹੋਏ ਆ। ਉਸ ਖੂਹ ਦੇ ਉੱਤੇ ਵੀ ਹੁਣ ਗੁਰੂ ਰਾਮ ਸਿੰਘ ਜੀ ਗਏ ਨੇ, ਦਰਸ਼ਨ ਮੇਲਾ ਕਰਦੇ ਹਨ। ਕਹਿੰਦੇ ਨੇ ਦਰਸ਼ਨ ਕੀਤਾ ਹੈ, ਖੂਹ ਦਾ ਜਲ ਲਿਆ ਹੈ, ਜਲ ਛਕਿਆ ਹੈ ਜੀ। ਕੰਠੇ ਪੈ ਪੀ ਪਰ ਕੇ ਤਰੇ, ਕਹਿੰਦੇ ਨੇ ਬੜਾ ਪਿਆਰਾ ਪਿੱਪਲ ਦਾ ਉੱਥੇ ਰੋਕਿਆ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਖਲੋਤੇ ਹੋਏ ਹਨ। ਆਠ ਨਿਯਮ ਨਿਤ ਹਮਨੇ ਕਰੇ, ਭਾਈ ਧਿਆਨ ਸਿੰਘ ਕਹਿੰਦੇ ਨੇ ਵੀ ਪਾਠ ਵੀ ਕੀਤਾ ਗਿਆ, ਸਿੱਖਾਂ ਨੇ ਵੀ ਬਾਣੀ ਪੜ੍ਹੀ ਜਿਹੜੀ ਮਰਜ਼ਾਦਾ ਸੀ ਨਿਤ ਨੇਮ ਦੀ, ਪਿੱਪਲ ਦੇ ਰੁੱਖ ਥੱਲੇ ਹੀ ਨਿਤ ਨੇਮ ਕੀਤਾ ਹੈ। ਬਿਦ ਪਰਸ ਧਿਆਨ ਹਰ ਦੁਆਰੇ, ਏਦਾਂ ਕਹਿੰਦੇ ਨੇ ਗੁਰੂ ਦੇ ਦੁਆਰ ਨੂੰ ਪਰਸ ਕੇ ਦਰਸ਼ਨ ਮੇਲਾ ਕਰਕੇ, ਮੋਖ ਦਾ ਇਹ ਗੁਰ ਥਾਨ ਜੋ ਸਾਰੇ, ਜਿੰਨੇ ਵੀ ਸਥਾਨ ਨੇ ਨਾ ਮੁਕਤੀ ਦੇ ਦਾਇਕ, ਭਾਵ ਜਿਨ੍ਹਾਂ ਨੂੰ ਚਰਨ ਛੋ ਪ੍ਰਾਪਤ ਹੈ ਸਤਿਗੁਰਾਂ ਦੀ, ਸਰਦਾ ਕਰ ਦਰਸ਼ਨ ਪੂਜਾ, ਉਹ ਕਹਿੰਦੇ ਨੇ ਸਭ ਦੇ ਦਿਦਾਰ ਕੀਤੇ ਨੇ, ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਕਹਿੰਦੇ ਭਾਈ ਗੁਰੂ ਤੋਂ ਬਿਨਾ ਹੋਰ ਕੋਈ ਦਾਤਾ ਦੂਜਾ ਨਹੀਂ ਹੈ। ਸਾਧੂ ਰਾਮ ਮਹੰਤ ਪੁਜਾਰੀ, ਉਸ ਜਗ੍ਹਾ ਦਾ ਸਾਧੂ ਰਾਮ ਮਹੰਤ ਆ ਪੁਜਾਰੀ, ਜਿਹੜਾ ਉੱਥੇ ਪੂਜਾ ਕਰਦਾ ਹੈ, ਸੇਵਾ ਕਰਦਾ ਹੈ, ਸਾਂਭ ਸੰਭਾਲ ਕਰਦਾ ਹੈ। ਭਾਈ ਜੀ ਕਹਿੰਦੇ ਨੇ ਉਹਦਾ ਨਾਮ ਸਾਧੂ ਰਾਮ ਹੈ। ਹੋਰ ਕੀ ਜਨਮ ਜਾਏ ਪੁਨ ਭਾਰੀ, ਗੁਰਮੁਖ ਪਿਆਰੇ ਉਹ ਸਤਿਗੁਰਾਂ ਦੀ ਜਨਮ ਜਾਏ ਮੈਨੇ ਜਗ੍ਹਾ, ਕਹਿੰਦੇ ਨੇ ਜਨਮ ਸਥਾਨ ਸਤਿਗੁਰਾਂ ਦਾ ਜਿਹੜਾ ਬਹੁਤ ਭਾਰੀ ਪਵਿੱਤਰ ਅਥਵਾ ਬਹੁਤ ਵੱਡਾ ਤੀਰਥ ਹੈ। ਅੰਮ੍ਰਿਤ ਕੀ ਦੇਗ ਬਟਾਈ, ਉੱਥੇ ਸਤਿਗੁਰਾਂ ਨੇ ਕੜਾ ਪ੍ਰਸ਼ਾਦ ਤਿਆਰ ਕਰਵਾ ਕੇ ਗੁਰੂ ਰਾਮ ਸਿੰਘ ਮਹਾਰਾਜ ਨੇ ਤੇ ਸਭ ਸੰਗਤਾਂ ਨੂੰ ਵਰਤਾਇਆ ਹੈ। ਸੰਗਤ ਮਿਲ ਕਰ ਕੇ ਸਮੁਦਾਇ, ਸਾਰੀ ਸੰਗਤ ਮਿਲੀ ਹੋਈ ਹੈ, ਤਾਹੇ ਖਬਰ ਅਰਦਾਸੇ ਗਏ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਖਲੋਤਿਆਂ ਹੀ ਹੁਕਮ ਕਰ ਦਿੱਤਾ, ਉੱਥੇ ਖਲੋਤਿਆਂ ਹੀ ਹੁਕਮਨਾਮੇ ਲਿਖਾ ਦਿੱਤੇ, ਉੱਥੇ ਖਲੋਤਿਆਂ ਹੀ ਸਤਿਗੁਰਾਂ ਨੇ ਆਗਿਆ ਕੀਤੀ ਹੈ। ਸਫ਼ਰ ਕੇ ਇੱਕ ਨਗਰ ਆਹੇ, ਤੇ ਗੁਰਮੁਖੋ ਕਹਿੰਦੇ ਨੇ ਕੀ ਆਗਿਆ ਕੀਤੀ ਉਹ ਦੱਸਦੇ ਨੇ, ਲਾਗੇ ਹੀ ਇੱਕ ਪਿੰਡ ਡੱਫਰ ਕੇ ਹੈ, ਹਾਂ ਸਧਾਰਨ ਭੋਗ ਗ੍ਰੰਥਾ, ਉੱਥੇ ਇੱਕ ਸਹਿਜ ਪਾਠ ਦਾ ਭੋਗ ਪੈਣਾ ਹੈ। ਸੰਗਤ ਸਭ ਆਵੇ ਇਤ ਪੰਥਾ, ਤੇ ਸਤਿਗੁਰਾਂ ਨੂੰ ਉਹਨਾਂ ਨੇ ਅਰਜ ਕੀਤੀ ਵੀ ਗਰੀਬ ਨਵਾਜ ਆਏ ਨੇ, ਭੋਗ ਪੈਣਾ, ਦਰਸ਼ਨ ਦੇ ਦੇਣਗੇ ਜੀ। ਸਿੰਘਾਂ ਦੇ ਸੇ ਅਰਦਾਸੇ ਗਏ, ਤੇ ਇੱਥੇ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਜਿਹੜਾ ਪਿੱਛੇ ਬਚਨ ਕੀਤਾ ਕਿ ਅਰਦਾਸੇ ਭੇਜੇ ਹਨ, ਹਮ ਸਭ ਵੀ ਤੇ ਸ ਰਸਤੇ ਪਏ, ਤੇ ਕਹਿੰਦੇ ਉਸ ਰਸਤੇ ਤੇ ਪੈ ਗਏ ਹਨ, ਆ ਪਹੁੰਚੇ ਤੇ ਸਗਰਾਮ ਮਜਾਰੇ, ਗੁਰਮੁਖ ਪਿਆਰੇ ਉਹ ਭੋਗ ਦੇ ਵਾਸਤੇ ਉਹਨੇ ਸਿੱਖ ਨੇ ਭੇਜਿਆ ਵੀ ਮੇਰੇ ਘਰੇ ਭੋਗ ਆ, ਸਿੱਖੋ ਦਰਸ਼ਨ ਦਿਓ, ਸਤਿਗੁਰ
ਗੁਰਾਂ ਵੀ ਹੁਕਮ ਕਰਤਾ ਵੀ ਸਾਰੇ ਸਿੱਖ ਚੱਲਿਓ, ਸਿੱਖ ਦੀ ਸ਼ਰਧਾ ਭਾਵਨਾ ਹੈ। ਸ਼ੇਰ ਸਿੰਘ ਜਾਂ ਗੁਰ ਕੇ ਪਿਆਰੇ, ਕਹਿੰਦੇ ਨੇ ਡੱਫਰ ਕਿਆ ਸ਼ੇਰ ਸਿੰਘ ਆ ਸਿੱਖ ਇੱਕ ਗੁਰੂ ਦਾ ਪਿਆਰਾ, ਝੰਡਾ ਗਾਢਿਓ ਮਿਲ ਕਰਤਾ ਹੀ, ਕਹਿੰਦੇ ਨੇ ਬੜਾ ਪਿਆਰਾ ਸਿੱਖ ਆ, ਸਤਿਗੁਰੂ ਦੇ ਪੰਥ ਨਾਲ ਬੜਾ ਦਿਲੋਂ ਹਮਦਰਦੀ ਕਰਨ ਵਾਲਾ ਹੈ। ਪੂਰਨ ਕਟਬੋ ਸੰਗਤ ਆਹੀ, ਝੰਡਾ ਗੱਡ ਦਿੱਤਾ ਗਿਆ ਉੱਥੇ ਵੀ ਪਤਾ ਲੱਗ ਜੇ ਗੁਰੂ ਰਾਮ ਸਿੰਘ ਮਹਾਰਾਜ ਜੀ ਦਾ ਸਫੇਦ ਝੰਡਾ ਹੈ ਵੀ ਉਹਦੇ ਵੱਲ ਦੂਰੋਂ ਵੇਖ ਕੇ ਸੰਗਤ ਆ ਜਾਵੇ, ਸਾਰੀ ਸੰਗਤ ਜਿਹੜੀ ਉੱਥੇ ਇਕੱਤਰ ਹੋ ਗਈ ਹੈ। ਤਿੰਨ ਦਿਨਾਂ ਮੇਲਾ ਬੜਾ ਸੁੰਦਰ, ਡੱਫਰ ਕਿਆ ਵੀ ਕਹਿੰਦੇ ਤਿੰਨ ਦਿਨ ਮੇਲਾ ਬੜਾ ਸੁੰਦਰ ਹੋਇਆ ਹੈ। ਕੀਰਤਨ ਹੋਤ ਮਿਟੈ ਸਭ ਦੁੰਦਰ, ਕੀਰਤਨ ਹੀ ਹੁੰਦਾ ਹੈ ਦੁੰਦ ਪਾਪ ਜਿਹਨੂੰ ਸੁਣ ਕੇ ਮਿਟ ਜਾਂਦੇ ਹਨ। ਢੋਲਕ ਛੈਣੇ ਸ਼ਬਦ ਬਹਾਰ, ਢੋਲਕ ਵੱਜਦੀ ਏ ਛੈਣੇ ਵੱਜਦੇ ਨੇ, ਸ਼ਬਦਾਂ ਦੀ ਬਹਾਰ ਲੱਗੀ ਹੋਈ ਹੈ। ਧੰਨ ਜਾਂ ਕੀ ਇਹ ਕਾਰ, ਧੰਨ ਆ ਗੁਰੂ ਰਾਮ ਸਿੰਘ ਮਹਾਰਾਜ ਜਿਨ੍ਹੇ ਕਲਯੁਗ ਵਿੱਚ ਸਤਯੁਗ ਲਾਇਆ ਹੋਇਆ, ਜਿਨ੍ਹੇ ਐਸੀ ਕਾਰ ਤੋਰੀ ਹੈ। ਸੂਬਾ ਇੱਕ ਕੇਸਰ ਸਿੰਘ ਨਾਮ, ਕਹਿੰਦੇ ਭਾਈ ਕੇਸਰ ਸਿੰਘ ਨਾਮ ਆ ਇੱਕ ਸੂਬਾ ਹੈ ਜੀ, ਆਇਓ ਤੈਂਜੇ ਜੰਗੇ ਧਾਮ, ਉੱਥੇ ਕਹਿੰਦੇ ਸਤਿਗੁਰਾਂ ਪਾਸ ਆਇਆ ਹੈ। ਸਮਾਂ ਗੁਰੂ ਅਨੰਦਪੁਰ ਜਾਣੇ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ ਵੀ ਅਨੰਦਪੁਰ ਐਰਕਾਂ ਹੋਲੇ ਮਹੱਲੇ ਤੇ ਉੱਤੇ ਕੇਸਰ ਸਿੰਘ ਸਿਆਣ, ਗੁਰਮੁਖੋ ਵੀ ਹੋਲੇ ਤੇ ਜਾਣਾ। ਭਾਈ ਧਿਆਨ ਸਿੰਘ ਕਹਿੰਦੇ ਨੇ ਵੀ ਕੇਸਰ ਸਿੰਘ ਜਿਹੜਾ ਨਾ ਇਹ ਵੀ ਸਤਿਗੁਰਾਂ ਦੇ ਨਾਲ ਉਹ ਹੋਲੇ ਮਹੱਲੇ ਤੇ ਗਿਆ ਸੀ ਇਹਦੇ ਤੋਂ ਬਾਅਦ ਜਦੋਂ ਜਾਂਦੇ ਨੇ, ਕਿਉਂਕਿ ਭਾਈ ਧਿਆਨ ਸਿੰਘ ਨੇ ਤਾਂ ਜ਼ਿਕਰ ਕੀਤਾ ਵੀ ਇਹ ਦੱਸਣ ਲੱਗੇ ਨੇ ਵੀ ਇਹ ਜਿੰਨਾ ਵੀ ਇਤਿਹਾਸ ਆ ਹੋਲੇ ਮਹੱਲੇ ਦਾ, ਸੰਗਤਾਂ ਦਾ ਆਉਣਾ, ਸਤਿਗੁਰਾਂ ਦਾ ਜਾਣਾ, ਜਿਹੜੇ ਜਿਹੜੇ ਚੋਜ ਹੋਏ ਨੇ ਵੀ ਇਸ ਸਿੱਖ ਨੇ ਮੈਨੂੰ ਲਿਖਾਏ ਦੱਸੇ ਹਨ। ਦੇਖਾ ਕੌਤਕ ਸਗਲ ਸੁਨਾਇਆ, ਇਹਨੇ ਸਾਰਾ ਕੌਤਕ ਵੇਖਿਆ ਤੇ ਭਾਈ ਧਿਆਨ ਸਿੰਘ ਕਹਿੰਦੇ ਨੇ ਮੈਨੂੰ ਫਿਰ ਦੱਸਿਆ ਹੈ। ਮੈਂ ਲਿਖਿਓ ਜੈਸੇ ਸੁਣ ਪਾਇਆ, ਜਿੱਦਾਂ ਜਿੱਦਾਂ ਮੈਂ ਸੁਣਿਆ ਹੈ ਕੇਸਰ ਸਿੰਘ ਤੋਂ ਤੇ ਓਦਾਂ ਹੀ ਮੈਂ ਲਿਖ ਦਿੱਤਾ ਹੈ। ਗੁਰੂ ਰਾਮ ਸਿੰਘ ਟਾਪੂ ਸੈਲੇ, ਗੁਰੂ ਰਾਮ ਸਿੰਘ ਮਹਾਰਾਜ ਟਾਪੂਆਂ ਦੀ ਸੈਲ ਕਰਨ ਵਾਸਤੇ ਇੱਕ ਬਰਸ ਜਾਣੇ ਸੇ ਪਹਿਲੇ, ਕਹਿੰਦੇ ਜਦੋਂ ਗਏ ਆ ਨਾ ਇੱਧਰ ਰੰਗੂਨ ਨੂੰ ਪਰਦੇਸ ਨੂੰ, ਉਹਦੇ ਤੋਂ ਸਾਲ ਪਹਿਲਾਂ ਦੀ ਇਹ ਗੱਲ ਹੈ ਜੀ। ਆਹੇ ਸਮੇਂ ਕੀ ਹੈ ਇਹ ਬਾਤ, ਇੱਦਾਂ ਸਮਝ ਲਓ ਕਿ ਅਨੰਦਪੁਰ ਦਾ ਜਿਹੜਾ ਆਖਰੀ ਹੋਲਾ ਸਤਿਗੁਰਾਂ ਨੇ ਕੀਤਾ ਤੇ ਉਸ ਸਮੇਂ ਦੀ ਕਹਿੰਦੇ ਇਹ ਗੱਲ ਦੱਸਣ ਲੱਗਾ ਹਾਂ। ਪੜੋ ਪ੍ਰੇਮ ਸਾਂ ਗੁਰ ਸਿੱਖ ਭਰਾ, ਗੁਰੂ ਦੇ ਪਿਆਰਿਓ ਸਿੱਖੋ ਪ੍ਰੇਮ ਨਾ ਪੜੋ ਅਤੇ ਸਰਵਣ ਕਰੋ, ਸਿੱਖਨ ਪ੍ਰਤੀ ਲਿਖਾ ਪਠਾਈ। ਸਤਿਗੁਰਾਂ ਕਹਿੰਦੇ ਉਹਨੂੰ ਹੁਕਮ ਕਰ ਦਿੱਤਾ, ਬਹੁਤ ਸਿੱਖਾਂ ਨੂੰ ਹੁਕਮਨਾਮੇ ਪਿੰਡੋ ਪਿੰਡ ਭੇਜ ਦਿੱਤੇ ਹਨ। ਆਨੰਦਪੁਰ ਹੋਲੇ ਹਮ ਜਾਈ, ਭਾਈ ਆਨੰਦਪੁਰ ਹੋਲੇ ਤੇ ਅਸੀਂ ਜਾਣਾ ਹੈ, ਇਸ ਵਾਰ ਅਨੰਦਪੁਰ ਹੋਲਾ ਮਹੱਲਾ ਖੇਡਾਂਗੇ। ਆਵੋ ਜਿਸ ਜਾਣਾ ਸੰਗ ਪਿਆਰੇ, ਮੇਰੇ ਪਿਆਰੇ ਉਹ ਜਿੰਨੇ ਜਿੰਨੇ ਨਾਲ ਜਾਣਾ, ਜਿੰਨੇ ਜਿੰਨੇ ਗੁਰੂ ਗੋਬਿੰਦ ਸਿੰਘ ਦੇ ਅਸਥਾਨ ਦੇ ਦਰਸ਼ਨ ਦਿਦਾਰੇ ਮੇਲੇ ਕਰਨੇ ਹਨ, ਸਤਿਗੁਰਾਂ ਆਖਿਆ ਭਾਈ ਸਾਰੇ ਜਾਣੇ ਚੱਲ ਕੇ ਆਵੋ। ਏਕ ਮਾਸ ਗ੍ਰੇ ਕਾਜ ਵਿਸਾਰੇ, ਆ ਵੀ ਨਾਲ ਬਚਨ ਲਿਖਿਆ ਹੁਕਮਨਾਮਿਆਂ ਤੇ ਵੀ ਇੱਕ ਮਹੀਨਾ ਆਪਣੇ ਕੰਮ ਛੱਡ ਕੇ ਆਉਣਾ, ਇੱਕ ਮਹੀਨਾ।
ਇਹ ਅੱਜ ਕੱਲ ਵਾਲੇ ਨਹੀਂ ਸੀ ਕੰਮ ਵੀ ਗੱਡੀ ਤੇ ਸਵੇਰੇ ਗਏ ਤੇ ਦਰਸ਼ਨ ਕਰਕੇ ਤੇ ਸ਼ਾਮੀ ਘਰ ਆ ਗਏ। ਮਹੀਨਾ ਮਹੀਨਾ ਦੋ ਦੋ ਮਹੀਨੇ ਸਤਿਗੁਰਾਂ ਦਾ ਦੌਰਾ ਗੁਰਮੁਖੋਂ ਚੱਲਦਾ ਰਹਿੰਦਾ। ਹੁਣ ਪਿੰਡੋਂ ਸਿੱਖਾਂ ਨੇ ਆਉਣਾ ਹੈ, ਜਾਣਾ ਹੈ, ਕਈ ਦਿਨ ਲੱਗਣੇ ਨੇ, ਉੱਥੇ ਵੀ ਮੇਲਾ ਗੇਲਾ ਹੋਣਾ, ਪਰ ਮਨ ਵਿੱਚ ਗੁਰਮੁਖੋਂ ਵੇਖੋ ਕੋਈ ਕਾਹਲੀ ਨਹੀਂ। ਕਿੱਦਾਂ ਦਾ ਸਮਾਂ, ਕਿੱਦਾਂ ਦੇ ਉਹ ਦਿਨ, ਸਾਦਾ ਕੱਪੜੇ ਪਾਉਣੇ, ਸਾਦਾ ਖਾਣਾ ਪੀਣਾ। ਅੱਜ ਕੱਲ੍ਹ ਤੇ ਖਾਣ ਪੀਣ ਨੇ ਹੀ ਮਨੁੱਖ ਦੀ ਜ਼ਿੰਦਗੀ ਦਾ ਇੱਦਾਂ ਸਮਝ ਲਓ ਵੀ ਅੱਧਿਓਂ ਜ਼ਿਆਦਾ ਹਿੱਸਾ ਬਰਬਾਦ ਕਰ ਦਿੱਤਾ। ਤਰਾਹੀ ਮਾਮ ਤਰਾਹੀ ਮਾਮ ਅੱਜ ਦੁਨੀਆ 'ਚ ਹੋ ਰਹੀ ਆ, ਤਰਾਹੇ ਤਰਾਹੇ ਹੋ ਰਹੀ ਆ। ਅਤੇ ਜੇ ਤੁਸੀਂ ਸਾਰੀ ਗੱਲ ਦਾ ਨਿਚੋੜ ਕੱਢੋ ਨਾ ਇੱਕੋ ਗੱਲ ਵਿੱਚ, ਸਿਰਫ ਇੱਕੋ ਗੱਲ ਵਿੱਚ, ਅਤੇ ਗੱਲ ਪਤਾ ਕੀ ਨਿਕਲਦੀ ਹੈ, ਬੰਦੇ ਦੇ ਸਵਾਦ, ਬੰਦੇ ਦੀ ਜ਼ੁਬਾਨ। ਚੀਨ ਵਾਲਿਆਂ ਨੇ ਛੱਡਿਆ ਹੀ ਕੱਖ ਨਹੀਂ, ਕੋਈ ਜਾਨਵਰ ਨਹੀਂ, ਕੋਈ ਜੀਵ ਨਹੀਂ, ਭਾਵੇਂ ਉਹ ਚਮਗਿੱਦੜ, ਭਾਵੇਂ ਚੂਹੇ, ਬਿੱਲੀਆਂ, ਕੁੱਤੇ। ਕਹਿੰਦੇ ਨੇ ਮੇਜ਼ ਨੂੰ, ਚਾਰ ਪੈਰਾਂ ਵਾਲੇ ਮੇਜ਼ ਅਤੇ ਕੁਰਸੀ ਨੂੰ ਛੱਡ ਕੇ ਬਾਕੀ ਉਹ ਸਭ ਕੁਝ ਖਾ ਜਾਂਦੇ ਆ। ਹੁਣ ਉਹਨਾਂ ਨੇ ਜਾਰੀ ਕੀਤੇ ਆ ਵੀ ਇਹਨਾਂ ਇਹਨਾਂ ਚੀਜ਼ਾਂ ਦਾ ਹੈ ਮਾਸ ਨਹੀਂ ਖਾ ਸਕਦੇ। ਪੰਜ ਚੀਜ਼ਾਂ ਉਹਨਾਂ ਆਪਣੀ ਲਿਸਟ 'ਚ ਪਾਈਆਂ ਅਤੇ 5 ਸਾਲਾਂ ਦਾ ਬੈਨ ਲਾ ਦਿੱਤਾ, ਲਾਇਆ ਅਜੇ ਵੀ 5 ਸਾਲਾਂ ਦਾ। ਵੇਖੋ 5 ਚੀਜ਼ਾਂ, ਜਿਵੇਂ ਚਮਗਿੱਦੜ ਹੋ ਗਿਆ, ਇਹਦੇ ਨਾਲ ਦੇ ਜਿਹੜੇ ਜੀਵ ਆ, ਅਤੇ ਇਹਨਾਂ ਦਾ ਕਹਿੰਦੇ ਨੇ ਵੀ ਤੁਸੀਂ ਇਹ 5 ਸਾਲ ਬੈਨ ਲਾ ਦਿੱਤਾ ਹੈ। ਅਤੇ ਗੁਰਮੁਖੋਂ ਸਿਰਫ ਬੰਦੇ ਨੇ ਆਪਣੇ ਖਾਣ ਦੇ ਬਦਲੇ ਹੀ ਨਾ, ਉਹਨੇ ਸਾਰੀ ਦੁਨੀਆ ਨੂੰ ਜਿਹੜਾ ਸੂਲੀ 'ਤੇ ਜਿਵੇਂ ਟੰਗ ਦਿੱਤਾ। ਸਤਿਗੁਰਾਂ ਨੇ ਮਨੁੱਖ ਨੂੰ ਖਾਣ ਵਾਸਤੇ ਹੋਰ ਵੀ ਬੜਾ ਕੁਝ ਦਿੱਤਾ ਹੈ, ਬੜੇ ਫਲ ਫਰੂਟ ਨੇ, ਅੰਨ ਨੇ, ਸਬਜ਼ੀਆਂ ਭਾਜੀਆਂ ਨੇ, ਦਾਲਾਂ ਨੇ, ਬੜੇ ਬੜੇ ਵਧੀਆ ਪੌਸ਼ਟਿਕ ਤੱਤ ਨੇ ਇਹਨਾਂ ਵਿੱਚ, ਦੁੱਧ, ਦਹੀਂ, ਪਨੀਰ, ਕਈ ਕੁਝ ਆ। ਪਰ ਪਤਾ ਨਹੀਂ ਮਨੁੱਖ ਦੀ ਇਹਨਾਂ ਦੀ ਮਤ ਨੂੰ ਹੋਇਆ ਕੀ ਹੈ। ਕੋਈ ਵੀ ਗੁਰਮੁਖੋ ਧਰਮ ਜਿਹੜਾ ਦੁਨੀਆ 'ਤੇ, ਇਹ ਨਹੀਂ ਕਹਿੰਦਾ ਵੀ ਕਿਸੇ ਨੂੰ ਦੁੱਖ ਦਿੱਤਾ ਜਾਵੇ, ਕਿਸੇ ਨੂੰ ਮਾਰਿਆ ਜਾਵੇ, ਕਿਸੇ ਦਾ ਖੂਨ ਵਹਾਇਆ ਜਾਵੇ, ਕਿਸੇ ਦਾ ਕਤਲ ਕੀਤਾ ਜਾਵੇ, ਕਿਸੇ ਦੇ ਹਿਰਦੇ ਨੂੰ ਹੀ ਠੇਸ ਪਹੁੰਚਾਈ ਜਾਵੇ। ਕਿਹੜਾ ਇੱਦਾਂ ਦਾ ਧਰਮ ਹੋਊਗਾ ਜਿਹੜਾ ਕਹਿੰਦਾ ਵੀ ਲਓ ਵਹਾਓ, ਮਾਰੋ, ਵੱਢੋ, ਕੱਟੋ, ਨਾਸ ਕਰ ਦਿਓ, ਫਣਾ ਕਰ ਦਿਓ, ਮਿਟਾ ਦਿਓ, ਰਹਿਣ ਕੱਖ ਨਾ ਦਿਓ। ਕਿਹੜਾ ਇੱਦਾਂ ਦਾ, ਉਹ ਕਿੱਦਾਂ ਦਾ ਧਰਮ ਆ ਜਿਹੜਾ ਦੂਜੇ ਨੂੰ ਬਰਬਾਦ ਕਰਨਾ ਚਾਹੁੰਦਾ। ਇਹ ਜੀਵ ਜੰਤੂ ਵੀ ਗੁਰਮੁਖੋਂ ਰੱਬ ਦੇ ਬਣਾਏ ਆ, ਇਹਨਾਂ ਦੀ ਵੀ ਬਰਾਬਰ ਹੀ ਧਰਤੀ 'ਤੇ ਓਨੀ ਹੀ ਹਿੱਸੇਦਾਰੀ ਹੈ, ਸਾਂਝੇ ਨੇ। ਭਾਵੇਂ ਬੰਦਾ ਜ਼ੋਰਾਵਰ ਹੋ ਗਿਆ, ਆਹ ਲੋਕਡਾਊਨ ਹੋਇਆ ਸੀ ਅਤੇ ਤੁਸੀਂ ਬੜੀਆਂ ਤਸਵੀਰਾਂ ਵੇਖੀਆਂ ਹੋਣੀਆਂ, ਸੜਕਾਂ ਦੇ ਉੱਤੇ ਹਿਰਨ ਭੱਜੇ ਫਿਰਦੇ ਆ, ਬਾਜ਼ਾਰ ਬੰਦ ਨੇ ਅਤੇ ਮੋਰ ਪਹਿਲਾਂ ਪਾ ਰਹੇ ਨੇ, ਕਿਤੇ ਘੁੱਗੀਆਂ ਗਟਾਰਾਂ ਦੀਆਂ ਡਾਰਾਂ ਉੱਡਦੀਆਂ ਫਿਰਦੀਆਂ ਨੇ, ਕਿਤੇ ਤੋਤੇ ਰੰਗ ਬਿਰੰਗੇ ਰੰਗ ਬਖੇਰਦੇ ਮੌਜ ਵਿੱਚ ਵਿਚਰਨ ਕਰਦੇ ਪਏ ਨੇ। ਇਹਦਾ ਮਤਲਬ ਇਹ ਨਹੀਂ ਹੈ, ਇਹ ਧਰਤੀ ਉਹਨਾਂ ਦੀ ਹੈ ਜਿੱਥੇ ਅਸੀਂ ਕਬਜ਼ਾ ਕੀਤਾ, ਜਿਹਦੇ 'ਤੇ ਅਸੀਂ ਮਾਲਕ ਬਣ ਕੇ ਬਹਿ ਗਏ, ਇਹ ਉਹਨਾਂ ਦੀ ਵੀ ਬਰਾਬਰ ਹੀ ਗੁਰਮੁਖੋਂ ਧਰਤੀ ਹੈ। ਅਤੇ ਤੁਸੀਂ ਇੱਕ ਗੱਲ ਦਾ ਹੋਰ ਹਿਸਾਬ ਲਾਇਓ,
ਮਨੁੱਖ ਨੇ ਆਪਣੀ ਕਾਰਗੁਜ਼ਾਰੀ ਦੇ ਨਾਲ ਹੀ ਆਪਣੇ ਵਾਤਾਵਰਣ ਨੂੰ ਜ਼ਹਿਰੀਲਾ ਬਣਾ ਲਿਆ ਆਪਣੇ ਸਵਾਰਥ ਦੇ ਕਰਕੇ। ਆ ਅਰਬਾਂ ਖਰਬਾਂ ਰੁਪਈਆ ਲਾਤਾ, ਪਤਾ ਨਹੀਂ ਕਿੰਨੇ 70 ਸਾਲ ਹੋ ਗਏ ਨੇ, ਸਰਕਾਰਾਂ ਦੇ ਕੋਲੋਂ ਗੰਗਾ ਨਹੀਂ ਸੀ ਸਾਫ਼ ਹੋਈ, ਅਤੇ ਹੁਣ 2 ਮਹੀਨੇ ਲੋਕਡਾਊਨ ਰਿਹਾ ਅਤੇ ਉਹ ਗੰਗਾ ਦਾ ਪਾਣੀ ਕਹਿੰਦੇ ਇੱਦਾਂ ਦਾ ਹੋ ਗਿਆ ਜਿੱਦਾਂ ਦਾ ਕਿਤੇ ਜਿੱਥੋਂ ਗੰਗਾ ਨਿਕਲਦੀ ਹੈ ਨਾ ਕੈਲਾਸ਼ ਵਿੱਚੋਂ, ਜਿਵੇਂ ਦਾ ਪਾਣੀ ਉੱਥੋਂ ਨਿਰਮਲ ਨਿਕਲਦਾ, ਹਰਿਦੁਆਰ ਵੀ ਉੱਦਾਂ ਦਾ ਹੀ ਪਵਿੱਤਰ ਪਾਣੀ ਹੈ, ਨਿਰਮਲ ਪਾਣੀ ਹੈ, ਮਲ ਰਹਿਤ ਪਾਣੀ ਹੈ, ਮੱਛੀਆਂ ਤੁਰੀਆਂ ਫਿਰਦੀਆਂ, ਜ਼ਮੀਨ ਦਿਸਣ ਲੱਗ ਪਈ ਬਿਨਾਂ ਮਲ ਤੋਂ, ਬਿਨਾਂ ਪ੍ਰਦੂਸ਼ਣ ਤੋਂ, ਆਪਣੇ ਆਪ ਹੀ ਕੁਦਰਤ ਨੇ ਠੀਕ ਕਰ ਲਿਆ ਆਪਣੇ ਆਪ ਨੂੰ। ਇਹਦਾ ਮਤਲਬ ਇਹ ਆ ਕਿ ਬੰਦੇ ਦੀ ਭਲਾਈ ਗੰਦਗੀ ਹੈ ਚਾਰ ਚਪੇਰੇ ਮਨੁੱਖ ਦੀ। ਤੁਸੀਂ ਸਮਝੋਗੇ ਵੀ ਗੰਗਾ ਕਿਵੇਂ ਸਾਫ਼ ਹੋ ਗਈ। ਗੰਗਾ ਸਾਫ਼ ਇੱਦਾਂ ਹੋ ਗਈ ਵੀ ਜਿਹੜੇ ਬੜੇ ਬੜੇ ਵੱਡੇ ਸੀਵਰੇਜ ਪੈਂਦੇ ਸੀ, ਕੈਮੀਕਲ ਪੈਂਦੇ ਸੀ, ਚਮੜੇ ਧੁੱਪਦੇ ਸੀ, ਫੈਕਟਰੀਆਂ ਦਾ ਗੰਦ ਮੰਦ ਸੀ, ਉਹ ਪੈਣੋ ਉਹਦੇ ਵਿੱਚ ਹਟ ਗਿਆ ਅਤੇ ਗੰਗਾ ਸਾਫ਼ ਪਵਿੱਤਰ ਹੋ ਗਈ। ਇੱਥੇ ਹੁਣ ਫੈਕਟਰੀਆਂ ਆਪਣੇ ਲਾਗੇ ਲਾਗੇ ਵੀ ਲੱਗੀਆਂ ਅਤੇ ਪੈਸੇ ਦੇ ਜ਼ੋਰ 'ਤੇ ਅਗਲੇ ਕੰਮ ਚਲਾਈ ਜਾਂਦੇ ਨੇ। ਸਰਕਾਰ ਵੱਲੋਂ ਹੁਕਮ ਆ, ਹਦਾਇਤ ਆ ਵੀ ਜਿਹੜਾ ਵੀ ਕੈਮੀਕਲ ਤੁਸੀਂ ਕੱਪੜਾ ਧੋਣਾ ਜਾਂ ਕੋਈ ਚੀਜ਼ ਵਾਸ਼ ਕਰਨੀ ਆ, ਅਤੇ ਕੈਮੀਕਲ ਬੜੇ ਜ਼ਹਿਰੀਲੇ ਹੁੰਦੇ ਆ, ਉਹਨੂੰ ਤੁਸੀਂ ਸਿੱਧਾ ਧਰਤੀ 'ਚ ਨਹੀਂ ਪਾ ਸਕਦੇ। ਪਹਿਲਾਂ ਉਸ ਪਾਣੀ ਨੂੰ ਫਿਲਟਰ ਕਰੋ, ਸਾਫ਼ ਕਰੋ, ਬਾਅਦ ਵਿੱਚ ਤੁਸੀਂ ਉਹਨੂੰ ਧਰਤੀ 'ਚ ਪਾਓ। ਪਰ ਲੋਕਾਂ ਨੇ ਐਂ ਕੀਤਾ ਵਾ ਵੀ ਜਿਵੇਂ ਦੁਨੀਆਂ 'ਤੇ ਬਾਅਦ ਵਿੱਚੋਂ ਸਾਡੇ ਤੋਂ ਕਿਸੇ ਨੇ ਆਉਣਾ ਹੀ ਨਹੀਂ, ਸਾਡੀ ਮਲਕੀਅਤ ਆ, ਵਾਤਾਵਰਨ ਨੂੰ ਨੇਚਰ ਨੂੰ ਜਿੰਨਾ ਮਰਜ਼ੀ ਨੁਕਸਾਨ ਪਹੁੰਚਾ ਲਈਏ। ਬੜੇ ਬੜੇ ਵੱਡੇ ਬੋਰ ਕੀਤੇ ਨੇ ਇਹਨਾਂ ਫੈਕਟਰੀਆਂ ਵਾਲਿਆਂ, ਉਹ ਜਿਹੜਾ ਗੰਦਾ ਮੰਦਾ ਪਾਣੀ ਆ ਉਹ ਸਿੱਧੇ ਦਾ ਸਿੱਧਾ ਹੀ ਧਰਤੀ 'ਚ ਧੱਕੀ ਜਾਂਦੇ ਆ। ਲਾਗੇ ਬੰਨੇ ਜਿੰਨੇ ਵੀ ਪਿੰਡ ਨੇ, ਕਿਸੇ ਨੂੰ ਕਾਲਾ ਪੀਲੀਆ, ਕਿਸੇ ਨੂੰ ਕੈਂਸਰ, ਕਿਸੇ ਨੂੰ ਕੁਝ, ਹੌਲੀ ਹੌਲੀ ਗੁਰਮੁਖੋ ਜਿਵੇਂ ਕਹਿੰਦੇ ਨਾ, ਸਲੋ ਹੌਲੀ ਧੀਮਾ ਜ਼ਹਿਰ, ਬੰਦੇ ਜਿਹੜੇ ਨੇ ਮੌਤ ਦੇ ਵੱਲ ਜਾਂਦੇ ਪਏ ਨੇ। ਸਾਡੇ ਸਤਿਗੁਰਾਂ ਨੇ, ਗੁਰੂ ਰਾਮ ਸਿੰਘ ਮਹਾਰਾਜ ਨੇ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੀ ਬੜਾ ਜ਼ੋਰ ਦਿੱਤਾ, ਸਤਿਗੁਰੂ ਜਗਜੀਤ ਸਿੰਘ ਵੀ ਬੜਾ ਹੁਕਮ ਇਹਦੇ 'ਤੇ ਬੜੇ ਕਰਦੇ ਰਹੇ ਵੀ ਬਾਜ਼ਾਰ ਦਾ ਨਹੀਂ ਖਾਣਾ। ਅਤੇ ਬਾਜ਼ਾਰ ਦਾ ਕੱਲ੍ਹ ਮੈਂ ਦੇਖਦਾ ਪਿਆ ਸਾਂ, ਕੁਝ ਪ੍ਰਵਾਸੀ ਮਜ਼ਦੂਰ ਲੱਗੇ, ਸ਼ਾਇਦ ਪਹਿਲਾਂ ਦੀ ਵੀਡੀਓ ਆ, ਪੈਰਾਂ ਨਾਲ ਪਹਿਲਾਂ ਉਹਨਾਂ ਆਟਾ ਗੁੰਨਿਆ, ਗਰਮੀ ਬੜੀ ਆ ਅਤੇ ਸਰੀਰ ਦਾ ਸਾਰਾ ਪਸੀਨਾ ਸਰੀਰ ਦੇ ਉੱਤੋਂ ਹੁੰਦਾ ਹੋਇਆ ਲੱਤਾਂ ਤੋਂ ਜਾ ਕੇ ਪੈਰਾਂ 'ਚ ਅਤੇ ਆਟੇ 'ਚ ਜਾ ਰਿਹਾ। ਫਿਰ ਉਹਨਾਂ ਨੇ ਉਹਦੀਆਂ ਰੋਟੀਆਂ ਵੱਟੀਆਂ ਜ਼ਮੀਨ ਦੇ ਉੱਤੇ ਹੀ ਲੰਮੇ ਪੈ ਪੈ ਕੇ ਉਹਦੇ 'ਤੇ ਵੀ ਪੈਰ ਅੱਡੀਆਂ ਮਾਰ ਮਾਰ ਚੌੜਾ ਕੀਤਾ। ਫਿਰ ਉਹਨੂੰ ਕੱਟ ਕੇ ਅਤੇ ਉਹਦੇ ਮਟਰ ਬਣਾਏ ਜਿਹੜੇ ਬਾਜ਼ਾਰ 'ਚ ਵਿਕਦੇ ਆ ਅਤੇ ਲੋਕ ਖਾਂਦੇ ਆ। ਹੋਰ ਜਿੰਨੀਆਂ ਹੀ ਤੁਸੀਂ ਚੀਜ਼ਾਂ ਲੈ ਲਓ, ਇੰਨਾ ਜ਼ਿਆਦਾ ਬੁਰਾ ਹਾਲ ਆ, ਇੰਨਾ ਜ਼ਿਆਦਾ ਕਿ ਹੁਣ ਪਤਾ ਦੁਨੀਆਂ ਨੂੰ ਲੱਗਾ ਜਦੋਂ ਕਰੋਨਾ ਵਾਇਰਸ ਆਇਆ ਵੀ ਕਿਸੇ ਦੇ ਹੱਥ ਦਾ ਨਹੀਂ ਖਾਣਾ, ਕਿਸੇ ਨੂੰ ਕਰੋਨਾ ਨਾ ਹੋਵੇ, ਕਿਸੇ ਨੂੰ ਹੱਥ ਨਹੀਂ ਲਾਉਣਾ। ਅਤੇ ਇਹ ਤਾਂ ਬਚਨ ਗੁਰੂ ਰਾਮ ਸਿੰਘ ਨੇ ਇੰਨਾ ਚਿਰ ਪਹਿਲਾਂ ਗੁਰਮੁਖ ਪਿਆਰਿਓ ਕਰ ਦਿੱਤੇ ਸਨ। ਜਿਹੜੇ ਲੋਕ ਸਵਾਲ ਪੁੱਛਦੇ ਸੀ ਵੀ ਹੱਥ ਖੁੱਲ੍ਹਾ ਕਿਵੇਂ ਹੋ ਗਿਆ, ਆਹ ਪਾਣੀ ਖੂਹ ਦੇ ਨਾਲ ਕੀ ਹੁੰਦਾ,
ਤੇ ਗੁਰਮੁਖੋ ਹੁਣ ਪਤਾ ਲੱਗਾ ਵੀ ਅਸਲੀ ਸਤਿਗੁਰਾਂ ਦੀ ਰਜਾ ਕੀ ਸੀ। ਸਾਨੂੰ ਤੇ ਉਹਨਾਂ ਗੱਲਾਂ ਦੀ ਸਮਝ ਹੀ ਨਹੀਂ ਦੁਨੀਆ ਨੂੰ, ਜਿਹੜੇ ਬਚਨ ਗੁਰੂ ਰਾਮ ਸਿੰਘ ਨੇ ਇੰਨੇ ਸਾਲ ਪਹਿਲਾਂ ਸਾਡੇ ਸਤਿਗੁਰਾਂ ਨੇ ਕਰ ਦਿੱਤੇ ਆ। ਗੁਰਮੁਖ ਪਿਆਰਿਓ, ਗੁਰੂ ਦੇ ਬਚਨ ਮੰਨਣ ਵਿੱਚ ਸੁੱਖ ਆ। ਸਤਿਗੁਰਾਂ ਦਾ ਬਚਨ ਮੰਨੇਗਾ ਮਨੁੱਖ ਤੇ ਆਨੰਦ ਲਵੇਗਾ, ਸੁੱਖ ਲਵੇਗਾ। ਸਤਿਗੁਰਾਂ ਦਾ ਬਚਨ ਅੱਖਾਂ ਮੀਟ ਕੇ ਮੰਨ। ਸ਼ਾਸਤਰਾਂ ਵਿੱਚ ਲਿਖਿਆ ਹੈ, ਗੁਰੂ ਦੇ ਬਚਨ ਨੂੰ ਤੂੰ ਬਿਨਾਂ ਕਿੰਤੂ ਪਰੰਤੂ ਕਰਨ ਤੋਂ ਸਵੀਕਾਰ ਕਰ ਲਾ ਕਿ ਜੋ ਮੇਰਾ ਸਤਿਗੁਰੂ ਬਚਨ ਕਰਦਾ ਉਹ ਸੱਤ ਆ, ਮੇਰੇ ਵਾਸਤੇ ਭਲਾ। ਸਤਿਗੁਰੂ ਦੇ ਬਚਨ ਹੀ ਵੇਦਾਂ ਦੇ ਬਚਨ ਨੇ, ਸਤਿਗੁਰਾਂ ਦੇ ਬਚਨ ਹੀ ਗੁਰਮੁਖੋ ਸਾਡੇ ਵਾਸਤੇ ਵੇਦ ਸ਼ਾਸਤਰ ਨੇ। ਗੁਰੂ ਦਾ ਬਚਨ ਅਟਲ ਹੈ, ਗੁਰੂ ਦੇ ਬਚਨ ਨੂੰ ਮੰਨਿਆ ਹੀ ਉਹਦੇ ਵਿੱਚ ਸੁੱਖ ਆ, ਉਹਦੇ ਵਿੱਚ ਹੀ ਆਨੰਦ ਆ। ਆਪਣੀ ਗੁਰਮੁਖ ਪਿਆਰਿਓ ਜ਼ਿੰਦਗੀ ਆਪ ਹੀ ਖਾਣ ਪੀਣ ਕਰਕੇ ਬੰਦੇ ਨੇ, ਮਨੁੱਖ ਨੇ ਵਿਗਾੜ ਲਈ, ਦੁਰਦਸ਼ਾ ਕਰ ਲਈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਦਇਆ ਕੀਤੀ, ਹੁਕਮ ਕੀਤਾ ਵੀ ਇੱਕ ਇੱਕ ਮਹੀਨਾ ਜਿਹੜਾ ਨਾ ਕੰਮ ਛੱਡ ਕੇ ਆਓ। ਕੋਈ ਭੱਜ ਦੌੜ ਨਹੀਂ ਸੀ, ਸਾਦਾ ਖਾਣ ਪੀਣ ਸੀ, ਸਾਦੇ ਪਹਿਰਾਵੇ ਸਨ, ਸਾਦਾ ਜੀਵਨ ਸੀ, ਮਨ ਵਿੱਚ ਸੁੱਖ ਸ਼ਾਂਤੀ ਸੀ, ਭਜਨ ਕਰਦੇ ਸਨ, ਗੁਰੂ ਦਾ ਦਿਦਾਰਾ ਕਰਕੇ ਆਨੰਦਿਤ ਹੋ ਜਾਂਦੇ ਸਨ। ਗੁਰਮੁਖੋ ਉਹ ਵੀ ਆਪਣੀ ਜ਼ਿੰਦਗੀ ਗੁਜ਼ਾਰ ਗਏ, ਅਸੀਂ ਵੀ ਜ਼ਿੰਦਗੀ ਗੁਜ਼ਾਰ ਜਾਣੀ ਆ। ਹੁਣ ਸਾਡੇ ਤੇ ਆਪ ਹੀ ਇਸ ਜ਼ਿੰਦਗੀ ਨੂੰ ਸੌਖੇ ਤਰੀਕੇ ਨਾਲ ਲੰਘਾਉਣਾ ਜਾਂ ਦੁਖੀ ਹੋ ਕੇ ਲੰਘਾਉਣਾ। ਜ਼ਿੰਦਗੀ ਸਹਿਜ ਵਿੱਚ ਵੀ ਬੀਤ ਜਾਏਗੀ ਤੇ ਭੱਜ ਦੌੜ ਕੀਤਿਆਂ ਵੀ। ਹੁਣ ਇੱਕ ਨਦੀ ਦੇ ਵਿੱਚ ਬੰਦਾ, ਨਹਿਰ ਵਿੱਚ ਲਾ ਲਓ ਬੰਦਾ ਵੜਿਆ, ਤੇ ਨਹਿਰ ਵਿੱਚ ਵੜ ਕੇ ਉਹ ਬੜੇ ਹੱਥ ਪੈਰ ਮਾਰੀ ਜਾਂਦਾ ਮਾਰੀ ਜਾਂਦਾ, ਕਦੀ ਐਂ ਨੂੰ ਕਦੀ ਓਂ ਨੂੰ। ਹੁਣ ਉਹ ਥੱਕ ਟੁੱਟ ਜਾਏਗਾ, ਡੁੱਬ ਵੀ ਸਕਦਾ। ਤੇ ਜੇ ਕੋਈ ਸਿਆਣਾ ਹੋਵੇ ਤੇ ਨਦੀ ਦੇ, ਨਹਿਰ ਦੇ ਵਹਾਵ ਦੇ ਨਾਲ ਜਿੱਧਰ ਨੂੰ ਪਾਣੀ ਜਾਂਦਾ ਆਪਣੇ ਆਪ ਨੂੰ ਉਹਦੇ ਨਾਲ ਨਾਲ ਲਈ ਜਾਵੇ ਤੇ ਹੌਲੀ ਹੌਲੀ ਕਿਨਾਰੇ ਤੇ ਆਰਾਮ ਨਾਲ ਲੱਗ ਜਾਏਗਾ। ਗੁਰਮੁਖੋ ਏਦਾਂ ਹੀ ਜ਼ਿੰਦਗੀ ਹੈ, ਜਿੱਦਾਂ ਸਮਾਂ ਚੱਲਦਾ ਪਿਆ ਗੁਰੂ ਦੀ ਰਜਾ ਦੇ ਨਾਲ ਆਪਣੇ ਆਪ ਨੂੰ ਰਾਜ਼ੀ ਕਰਕੇ, ਗੁਰੂ ਦੇ ਭਾਣੇ ਨਾਲ ਆਪਣੇ ਆਪ ਨੂੰ ਰਾਜ਼ੀ ਕਰਕੇ ਉਹਦੇ ਅਨੁਸਾਰ ਤੂੰ ਜ਼ਿੰਦਗੀ ਬਿਤਾਈ ਜਾ, ਸਹਿਜੇ ਹੀ ਤੇਰਾ ਜੀਵਨ ਬੀਤ ਜਾਏਗਾ, ਆਨੰਦ ਦੇ ਨਾਲ ਤੂੰ ਕਿਨਾਰੇ ਤੇ ਲੱਗ ਜਾਏਗਾ, ਕੋਈ ਦੁੱਖ ਨਹੀਂ, ਕੋਈ ਪਰੇਸ਼ਾਨੀ ਨਹੀਂ। ਪਰ ਜੇ ਨਦੀ ਦੇ ਉਲਟ ਪਾਸੇ ਬੰਦਾ ਤਰਨਾ ਚਾਹੇ, ਨਾ ਤੇ ਉਲਟੇ ਬੰਨੇ ਜਾ ਹੀ ਸਕਦਾ, ਨਾ ਕਿਨਾਰੇ ਹੀ ਲੱਗ ਸਕਦਾ। ਮਿਹਨਤ ਵੀ ਜਿਹੜੀ ਉਹਦੀ ਜਾਵੇਗੀ, ਥੱਕ ਟੁੱਟ ਵੀ ਜਾਏਗਾ, ਪਰੇਸ਼ਾਨ ਵੀ ਹੋਏਗਾ ਸੰਘਰਸ਼ ਕਰਦਿਆਂ ਕਰਦਿਆਂ। ਜ਼ਿੰਦਗੀ ਜਿਹੜੀ ਆ ਅਜਾਬ ਬਣ ਜਾਂਦੀ ਹੈ। ਗੁਰੂ ਰਾਮ ਸਿੰਘ ਨੇ ਹੁਕਮ ਕੀਤਾ, ਮੇਰੇ ਪਿਆਰਿਓ ਸਿੱਖੋ, ਆਓ ਇਸ ਵਾਰ ਹੋਲਾ ਮਹੱਲਾ ਤੁਹਾਨੂੰ ਵਿਖਾਈਏ। ਗੁਰੂ ਰਾਮ ਸਿੰਘ ਮਹਾਰਾਜ ਨੇ ਆਖਿਆ, ਕਲਗੀਧਰ ਪਾਤਸ਼ਾਹ ਦੇ ਅਸਥਾਨ ਤੇ ਜਾਵਾਂਗੇ, ਦਰਸ਼ਨ ਦਿਦਾਰੇ ਕਰਾਂਗੇ। ਗੁਰੂ ਦੇ ਪਿਆਰਿਓ, ਇੱਕ ਇੱਕ ਮਹੀਨਾ ਆਪਣੇ ਕੰਮ ਸੰਕੋਚ ਕੇ ਆਇਓ, ਇੱਕ ਇੱਕ ਮਹੀਨਾ ਆਪਣੇ ਕੰਮ ਛੱਡ ਕੇ ਆਉਣਾ ਹੈ। ਕਹਿੰਦੇ ਨੇ 50 ਕਮੀਲ ਭੈਣੀ ਸਾਹਿਬ ਤੋਂ ਦੂਰ ਹੈ, ਆਨੰਦਪੁਰ ਨਗਰੀ ਸੀਲ। ਆਨੰਦਪੁਰ ਜਿਹੜੀ ਨਗਰੀ ਹੈ, ਆਨੰਦਪੁਰ ਜਿਹੜਾ ਅਸਥਾਨ ਹੈ,
ਭੈਣੀ ਸਾਹਿਬ ਤੋਂ 50 ਮੀਲ ਦੀ ਦੂਰੀ ਤੇ ਹੈ। ਹੋਲਾ ਕਹੀਂ ਨਾ ਵਾਚੇ, ਕਹਿੰਦੇ ਜੀ ਏਦਾਂ ਦਾ ਹੋਲਾ ਨੀ ਕਿਤੇ ਵੇਖੀ ਦਾ ਜਿੱਦਾਂ ਦਾ ਆਨੰਦਪੁਰ ਹੋਲਾ ਹੁੰਦਾ ਹੈ। ਦੇਵਾਲ ਦਸਮ ਗੁਰੂ ਮਨ ਸਾਚੇ, ਕਹਿੰਦੇ ਉਹ ਦਸਵੇਂ ਗੁਰੂ ਦਾ ਸਥਾਨ ਜਿਨ੍ਹਾਂ ਨੇ ਹੋਲਾ ਮਹੱਲਾ ਉੱਥੇ ਆਰੰਭ ਕੀਤਾ, ਜਿਨ੍ਹਾਂ ਹੋਲੀ ਤੋਂ ਹੋਲਾ ਬਣਾਇਆ ਗੁਰਮੁਖੋ। ਤਿਉਹਾਰ ਤੇ ਬੜਾ ਪੁਰਾਣਾ ਸੀ, ਹੋਲਕਾ ਨਾਂ ਸੀ ਪ੍ਰਹਿਲਾਦ ਦੀ ਭੂਆ ਦਾ। ਜਦੋਂ ਭਗਤ ਪ੍ਰਹਿਲਾਦ ਮਰਿਆ ਨਾ ਕਿਸੇ ਵੀ ਤਰੀਕੇ ਨਾਲ, ਤੇ ਉਹਦੀ ਹਰਨਾਕਸ਼ ਦੀ ਭੈਣ ਪ੍ਰਹਿਲਾਦ ਦੀ ਭੂਆ ਨੇ ਆਖਿਆ, ਮੈਨੂੰ ਵਰ ਮਿਲਿਆ ਸ਼ਿਵਜੀ ਕੋਲੋਂ, ਆਇਆ ਮੇਰੇ ਕੋਲ ਚਾਦਰ, ਇਹ ਚਾਦਰ ਜਦੋਂ ਮੈਂ ਉੱਤੇ ਲੈ ਲੈਂਦੀ ਹਾਂ ਨਾ, ਤੇ ਮੈਨੂੰ ਇਹਦੇ 'ਚੋਂ ਸੇਕ ਨਹੀਂ ਲੱਗਦਾ, ਮੈਂ ਬਹਿ ਜਾਂਦੀ ਹਾਂ ਅੱਗ 'ਤੇ, ਮੈਨੂੰ ਤੂੰ ਆਪਣਾ ਮੁੰਡਾ ਫੜਾ ਦੇ ਪ੍ਰਹਿਲਾਦ, ਮੈਂ ਤੇ ਬੁੱਕਲ ਮਾਰ ਲਾਂਗੀ ਚਾਦਰ ਦੀ, ਤੇ ਤੇਰੇ ਮੁੰਡੇ ਨੂੰ ਬਾਹਰ ਵਾ ਦਾਂਗੀ, ਜਿਹੜਾ ਪਾਣੀ 'ਚ ਡੁੱਬਿਆ ਨਹੀਂ ਮਰਿਆ, ਤੱਤੇ ਥੰਮ ਨਾਲ ਨਹੀਂ ਸੜਿਆ, ਪਹਾੜ ਤੋਂ ਸੁੱਟਿਆ ਨਹੀਂ ਮੁੱਕਿਆ, ਲਿਆ ਮੈਂ ਅੱਗ 'ਚ ਸਾੜ ਦੇਨੀ ਆ। ਅੱਗ ਲਾ ਦਿੱਤੀ ਗਈ, ਬੜੀਆਂ ਲੱਕੜਾਂ ਰੱਖੀਆਂ, ਭਾਂਬੜ ਮੱਚੇ, ਅਸਮਾਨ ਨੂੰ ਗਏ। ਜਿਹੜੀ ਉਹਦੀ ਭੂਆ ਦੀ ਚਾਦਰ ਸੀ ਨਾ ਪ੍ਰਹਿਲਾਦ ਦੀ, ਉਹਦੇ ਤੋਂ ਉੱਡ ਕੇ ਤੇ ਉਹ ਪ੍ਰਹਿਲਾਦ ਦੇ ਉੱਤੇ ਆ ਗਈ। ਭਗਤ ਪ੍ਰਹਿਲਾਦ ਬਚ ਗਿਆ, ਉਹਦੀ ਭੂਆ ਸੜ ਗਈ, ਉਹਦਾ ਨਾਮ ਸੀ ਹੋਲਕਾ। ਜਿਹੜੇ ਪ੍ਰਹਿਲਾਦ ਦੇ ਨਾਲ ਦੇ ਖਲੋਤੇ ਸੀ ਨਾ ਸੰਗੀ ਸਾਥੀ, ਨਾਮ ਜਪਣ ਵਾਲੇ, ਸ਼ਰਧਾ ਭਾਵਨਾ ਵਾਲੇ, ਜਦੋਂ ਵੇਖਿਆ ਕਿ ਪ੍ਰਹਿਲਾਦ ਬਚ ਗਿਆ, ਨਾਲੇ ਤੇ ਉਹਨਾਂ ਪ੍ਰਹਿਲਾਦ ਦੀ ਭਗਵਾਨ ਦੀ ਜੈ ਜੈਕਾਰ ਕੀਤੀ, ਨਾਲੇ ਮਖੌਲ ਦੇ ਨਾਲ ਹੀ ਉਹਨਾਂ ਹੋਲਕਾ ਹੋ ਹੋਲਕਾ ਹੋ ਸਵਾਹ ਡਾਈ ਜਿਹਦੇ ਵਿੱਚ ਉਹ ਸੜੀ ਸੀ। ਤੇ ਉਸ ਦਿਨ ਤੋਂ ਹੀ ਉਹ ਹੋਲੀ ਗੁਰਮੁਖੋ ਮਨਾਉਣ ਲੱਗ ਪਏ, ਹੋਲਕਾ ਤੋਂ ਹੋਲੀ ਬਣ ਗਈ, ਉਹਨਾਂ ਨੇ ਸਵਾਹ ਡਾਈ। ਇਸੇ ਹੀ ਖੁਸ਼ੀ ਨੂੰ ਪ੍ਰਗਟ ਕਰਦਿਆਂ ਹਰ ਸਾਲ ਉਹ ਸਵਾਹ ਤੋਂ ਮੁੜ ਕੇ ਰੰਗ ਡਾਉਣ ਲੱਗ ਪਏ। ਬੜਾ ਲੰਮਾ ਸਮਾਂ ਇਹ ਤਿਉਹਾਰ ਚੱਲਦਾ ਰਿਹਾ, ਅਤੇ ਸਮੇਂ ਦੇ ਨਾਲ ਇਹ ਤਿਉਹਾਰ ਵਿੱਚ ਬੜੀਆਂ ਕੁਰੀਤੀਆਂ ਆ ਗਈਆਂ, ਬੜੀਆਂ ਊਨਤਾਈਆਂ ਆ ਗਈਆਂ। ਗੁਰੂ ਗੋਬਿੰਦ ਸਿੰਘ ਦਾ ਸਮਾਂ ਆਇਆ ਅਤੇ ਉਹਨਾਂ ਨੇ ਸਮਝਿਆ, ਸੋਚਿਆ ਵੀ ਬੜੀ ਕਾਇਰਤਾ ਪਸਰ ਗਈ ਆ ਸਿੱਖਾਂ ਵਿੱਚ ਵੀ, ਸਮਾਜ ਵਿੱਚ ਵੀ। ਉਹਨਾਂ ਨੇ ਇਕੱਲਾ ਹੋਲੀ ਤੋਂ ਹੋਲਾ ਨਹੀਂ ਬਣਾਇਆ, ਸਾਰਾ ਕੁਝ ਹੀ ਬਦਲ ਦਿੱਤਾ। ਸਤਿਗੁਰਾਂ ਆਖਿਆ, ਇਸਤਰੀ ਜਿਹੜੀ ਆ ਨਾ ਔਰਤ, ਉਹ ਪ੍ਰੇਮ ਦੀ ਲਖਾਇਕ ਹੈ, ਉਹ ਪ੍ਰੇਮ ਦੀ ਮੂਰਤੀ ਹੈ, ਉਹ ਨਾਜੁਕਤਾ ਦਾ ਪ੍ਰਤੀਕ ਹੈ, ਉਹ ਕੋਮਲਤਾ ਦਰਸਾਉਂਦੀ ਹੈ। ਅਤੇ ਇਸ ਕਰਕੇ ਇਸਤਰੀ ਲਿੰਗ ਜਿਹੜੇ ਸ਼ਬਦ ਵੀ ਨੇ, ਉਹਨਾਂ ਦੇ ਵਿੱਚੋਂ ਵੀ ਐਂ ਲੱਗਦਾ ਜਿਵੇਂ ਨਿਰਬਲਤਾ ਝਲਕਦੀ ਹੋਵੇ। ਸਤਿਗੁਰਾਂ ਨੇ ਆਖਿਆ, ਇਸਤਰੀ ਲਿੰਗ ਸ਼ਬਦ ਹੀ ਨਹੀਂ ਰਹਿਣ ਦੇਣਾ, ਤੁਹਾਡੇ ਮੂੰਹ ਦੇ ਵਿੱਚ ਵੀ ਕੋਈ ਇੱਦਾਂ ਦਾ ਸ਼ਬਦ ਨਾ ਆਵੇ ਜਿਹੜਾ ਕੋਈ ਢਿੱਲਾ ਮੱਸਾ ਹੋਵੇ, ਕਮਜ਼ੋਰ ਹੋਵੇ, ਨਾਜੁਕ ਹੋਵੇ। ਸਤਿਗੁਰਾਂ ਆਖਿਆ, ਤੁਹਾਡੀ ਜ਼ਬਾਨ 'ਤੇ ਵੀ ਸ਼ਬਦ ਕੋਈ ਇੱਦਾਂ ਦਾ ਨਾ ਆਵੇ ਜਿਹਦੇ 'ਚ ਦਿਲ 'ਚ ਕਮਜ਼ੋਰੀ ਪੈਦਾ ਹੋ ਜਾਏ। ਸਤਿਗੁਰਾਂ ਆਖਿਆ, ਦਾੜੀ ਨਾ ਆਖਿਓ, ਦਾੜਾ ਆਖਣਾ। ਭਾਵ ਮਰਦਾਵਾਂ ਸ਼ਬਦ ਪ੍ਰਭਾਵ ਜਿਹੜਾ ਸਤਿਗੁਰਾਂ ਨੇ ਸਿੱਖਾਂ ਦੇ ਜੀਵਨ 'ਤੇ ਪਾਉਣਾ ਚਾਹਿਆ, ਉਗਰਾਈ ਨਹੀਂ ਆਖਣਾ, ਗਜਾ ਆਖਣਾ, ਮੁੱਛਾਂ ਨਹੀਂ ਕਹਿਣੀਆਂ, ਮੁਸ਼ਹਿਰੇ ਕਹਿਣਾ, ਲੰਗੜਾ ਨਹੀਂ ਆਖਣਾ, ਸੁਚਾਲਾ ਕਹਿਣਾ,
ਗੰਜਾ ਨਹੀਂ ਕਹਿਣਾ, ਕਲਗਾ ਸਿੰਘ ਆਖਣਾ। ਸਤਿਗੁਰਾਂ ਜਿੱਥੇ ਇਹ ਸਾਰੇ ਸ਼ਬਦ ਬਦਲਦੇ, ਉੱਥੇ ਗਰੀਬ ਨਵਾਜ ਨੇ ਆਖਿਆ ਵੀ ਹੋਲੀ ਨਹੀਂ ਆਖਣੀ, ਅੱਜ ਤੋਂ ਹੋਲਾ ਸ਼ਬਦ ਹੋਵੇਗਾ। ਹੋਲੀ ਤੋਂ ਸਤਿਗੁਰਾਂ ਨੇ ਇੱਦਾਂ ਹੋਲਾ ਮਹੱਲਾ ਹੋਲਾ ਸ਼ਬਦ ਬਣਾ ਦਿੱਤਾ। ਅਤੇ ਨਾਲ ਹੀ ਹੋਲੇ ਵਿੱਚ ਜਿੱਥੇ ਰਾਸਾਂ ਪੈਂਦੀਆਂ ਸੀ, ਨੱਚਿਆਂ ਗਾਇਆ ਜਾਂਦਾ ਸੀ, ਉੱਥੇ ਗੁਰੂ ਗੋਬਿੰਦ ਸਿੰਘ ਨੇ ਦੋ ਪਾਲਟੀਆਂ ਬਣਾਈਆਂ, ਦੋ ਜਥੇ ਬਣਾਏ ਅਤੇ ਆਖਿਆ ਵੀ ਆਪਸ ਵਿੱਚ ਯੁੱਧ ਕਰੋ, ਜੰਗ ਕਰੋ, ਜਿਹੜਾ ਜਿੱਤ ਜਾਏਗਾ ਉਹਨੂੰ ਇਨਾਮ ਦਿੱਤਾ ਜਾਵੇਗਾ। ਅੱਜ ਵੀ ਤੁਸੀਂ ਆਨੰਦਪੁਰ ਜਾਓ ਅਤੇ ਨਿਹੰਗ ਸਿੰਘ ਮਹੱਲਾ ਜਦੋਂ ਕੱਢਦੇ ਨੇ, ਘੋੜੇ ਭਜਾਉਂਦੇ ਨੇ, ਜਕਾਰੇ ਛੱਡਦੇ ਨੇ, ਨੇਜੇ ਬਾਜੀ ਹੁੰਦੀ ਏ, ਕਿੱਲੇ ਪੁੱਟਦੇ ਨੇ, ਅਤੇ ਇਹਦਾ ਮਤਲਬ ਇਹ ਹੀ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਕਿਲਿਆਂ ਦੇ ਉੱਤੋਂ ਫੌਜਾਂ ਘੱਲਦੇ, ਆਪ ਦੇਖਦੇ, ਜੰਗ ਯੁੱਧ ਹੁੰਦੇ, ਅਤੇ ਵੀਰਤਾ ਪੈਦਾ ਕੀਤੀ, ਅਭਿਆਸ ਕਰਾਇਆ। ਇੱਦਾਂ ਹੋਲੀ ਤੋਂ ਸ਼ਬਦ ਗੁਰਮੁਖੋ ਹੋਲਾ ਬਣਾ ਕੇ ਅਤੇ ਸਤਿਗੁਰਾਂ ਨੇ ਇਸ ਸ਼ਬਦ ਨੂੰ ਤਬਦੀਲ ਕਰਕੇ ਤਿਉਹਾਰ ਨੂੰ ਹੀ ਬਦਲ ਦਿੱਤਾ, ਵੀਰਤਾ ਦਾ ਪ੍ਰਤੀਕ ਬਣਾ ਦਿੱਤਾ, ਸੂਰ ਵੀਰਤਾ ਦਾ ਲਖਾਇਕ ਮੰਨਿਆ ਜਾਣ ਲੱਗਾ। ਗੁਰੂ ਰਾਮ ਸਿੰਘ ਨੇ ਵੀ ਆਖਿਆ ਭਾਈ ਜਿੱਦਾਂ ਦਾ ਹੋਲਾ ਆਨੰਦਪੁਰ ਹੁੰਦਾ ਨਾ, ਇੱਦਾਂ ਦਾ ਹੋਲਾ, ਕਿਉਂਕਿ ਸ਼ੁਰੂਆਤ ਹੀ ਉੱਥੋਂ ਹੋਈ ਸੀ, ਸ਼ੁਰੂਆਤ ਹੀ ਹੋਲੇ ਦੀ ਆਨੰਦਪੁਰੋਂ ਹੋਈ ਹੈ, ਤੇ ਉਦਾਂ ਦਾ ਹੋਲਾ ਜਿਹੜਾ ਹੋਰ ਕਿਤੇ ਨਹੀਂ ਹੁੰਦਾ ਹੈ। ਐਸੇ ਸੁਣ ਸੁਣ ਗਏ ਮ੍ਰਿਗ ਰਾਈ, ਇਦਾਂ ਦੇ ਸੁਣ ਸੁਣ ਕੇ ਨਾ ਬਚਨ ਜਿੰਨੇ ਵੀ ਸਿੱਖ ਸਨ ਗੁਰਮੁਖੋ ਆਉਣ ਲੱਗੇ ਭੈਣੀ ਸਾਹਿਬ ਨੂੰ, ਕੇਸਰ ਸਿੰਘ ਭਾਈ ਕਹਿੰਦੇ ਭਾਈ ਕੇਸਰ ਸਿੰਘ ਜਿਨ੍ਹਾਂ ਨੇ ਮੈਨੂੰ ਦੱਸਿਆ ਉਸ ਸਾਰੇ ਹੋਲੇ ਦਾ ਹਾਲ, ਬਚਨ ਬਿਲਾਸ, ਘਟਨਾਵਾਂ, ਕੌਤਕ, ਉਹ ਭਾਈ ਕੇਸਰ ਸਿੰਘ ਵੀ ਆਨੰਦਪੁਰ ਹੋਲੇ ਤੇ ਗਏ ਸਨ, ਉਹ ਵੀ ਆ ਗਏ ਹਨ। ਲੱਖਾ ਸਿੰਘ ਕੋ ਗਇਓ ਗੁਰ ਠਾਣੇ, ਸੂਬਾ ਲੱਖਾ ਸਿੰਘ ਨੂੰ ਸਤਿਗੁਰਾਂ ਹੁਕਮ ਕੀਤਾ। ਇਹ ਪੰਜ ਪ੍ਰਮੁੱਖ ਸੂਬੇ ਸਨ ਸਤਿਗੁਰਾਂ ਦੇ, ਸੂਬਾ ਲੱਖਾ ਸਿੰਘ ਜੀ, ਸੂਬਾ ਸਾਹਿਬ ਸਿੰਘ ਜੀ, ਸੂਬਾ ਕਾਹਨ ਸਿੰਘ ਜੀ, ਸੂਬਾ ਬਾਬਾ ਜਵਾਹਰ ਸਿੰਘ ਜੀ, ਸੂਬਾ ਸੁੱਧ ਸਿੰਘ ਜੀ। ਇਹ ਪੰਜ ਸੂਬੇ ਸਤਿਗੁਰਾਂ ਦੇ ਪ੍ਰਮੁੱਖ ਸਨ। ਸਰਕਾਰੇ ਦਰਬਾਰੇ ਜਾਂ ਤੇ ਸੂਬਾ ਸਾਹਿਬ ਸਿੰਘ, ਜਾਂ ਸੂਬਾ ਕਾਹਨ ਸਿੰਘ ਅਤੇ ਜਾਂ ਬਾਬਾ ਲੱਖਾ ਸਿੰਘ, ਇਹਨਾਂ ਤਿੰਨਾਂ ਨੂੰ ਭੇਜਦੇ ਸਨ। ਜਦੋਂ ਮਲੇਰਕੋਟਲੇ ਸਿੰਘ ਚੱਲੇ ਆ ਨਾ ਚੜ੍ਹਾਈ ਕਰਨ ਵਾਸਤੇ, ਉਦੋਂ ਵੀ ਸੂਬਾ ਲੱਖਾ ਸਿੰਘ ਨੂੰ ਹੀ ਭੇਜਿਆ ਸਤਿਗੁਰਾਂ ਅੰਗਰੇਜ਼ਾਂ ਦੇ ਕੋਲ ਵੀ ਜਾ ਕੇ ਦੱਸ ਆਓ ਮੁੜ ਕੇ, ਸਾਨੂੰ ਝੂਠਿਆਂ ਨਾ ਕਰਨ, ਅਸੀਂ ਅੰਗਰੇਜ਼ਾਂ ਨੂੰ ਝੂਠਿਆਂ ਕਰਨਾ, ਵੀ ਸਿੰਘ ਚਲੇ ਗਏ ਨੇ, ਰੋਕ ਸਕਦੇ ਤੇ ਰੋਕ ਲਓ, ਪਹਿਲਾਂ ਦੱਸਣ। ਅਤੇ ਸੂਬਾ ਲੱਖਾ ਸਿੰਘ ਨੂੰ ਉਹਨਾਂ ਗ੍ਰਿਫਤਾਰ ਕਰ ਲਿਆ ਸੀ, ਇਤਲਾਹ ਦੇਣ ਗਿਆ ਨੂੰ ਹੀ ਉਹਨਾਂ ਨੇ ਬੰਦ ਕਰ ਲਿਆ। ਉਹ ਚਾਹੁੰਦੇ ਸਨ ਕਿ ਕੋਈ ਕੰਮ ਕਰਨ, ਇਹਨਾਂ ਨੂੰ ਹੱਥ ਪਾਈਏ, ਜਾਣ ਬੁੱਝ ਕੇ ਉਹਨਾਂ ਕਰਨ ਦਿੱਤਾ ਇਹ ਕੰਮ, ਉਹਨਾਂ ਨੂੰ ਜਾਣਕਾਰੀ ਪਹਿਲਾਂ ਮਿਲ ਗਈ ਸੀ। ਗਰੀਬ ਨਵਾਜ ਜੀ ਹੋਲੇ 'ਤੇ ਜਾਣ ਤੋਂ ਪਹਿਲਾਂ ਸੂਬਾ ਲੱਖਾ ਸਿੰਘ ਜੀ ਨੂੰ ਅੰਗਰੇਜ਼ਾਂ ਦੇ ਕੋਲ ਭੇਜਿਆ ਵੀ ਖਬਰ ਲੈ ਕੇ ਆਓ, ਇਜਾਜ਼ਤ ਲੈ ਕੇ ਆਓ, ਦੱਸ ਕੇ ਆਓ, ਅਸੀਂ ਹੋਲੇ ਜਾਣਾ ਹੈ। ਖਬਰ ਸਤਿਗੁਰਾਂ ਆਖਿਆ ਖਬਰ ਦੇਵੋ ਜਾ ਕੇ, ਆਨੰਦਪੁਰ ਹੋਲੇ ਪਰ ਜਾਵਾਂ, ਭਾਈ ਆਨੰਦਪੁਰ ਹੋਲੇ ਤੇ ਜਾਵਾਂਗੇ, ਆਨੰਦਪੁਰ ਹੋਲਾ ਖੇਡਾਂਗੇ, ਜਹਾਂ ਜਾਏ ਡੇਰਾ
ਤੇ ਉੱਥੇ ਗੁਰੂ ਕੀ ਨਗਰੀ ਡੇਰਾ ਲਾਉਣਾ ਹੈ। ਬਸ ਸ਼ਰਾਬ ਹੁਕਈ ਜੇ ਆਵੇ, ਅੰਗਰੇਜ਼ਾਂ ਨੂੰ ਦੱਸ ਦੋ ਜਾ ਕੇ ਪਹਿਲਾਂ ਵੀ ਉੱਥੇ ਕੋਈ ਮਾਸ ਸ਼ਰਾਬ ਖਾਣ ਪੀਣ ਵਾਲਾ, ਹੁੱਕਾ ਪੀਣ ਵਾਲਾ ਜਾਂ ਪੀ ਕੇ ਉੱਥੇ ਆ ਗਿਆ। ਮਾਰ ਮਾਰ ਸਿੰਘ ਜਾਨ ਗਵਾਵੇ, ਅਸੀਂ ਫਿਰ ਜ਼ਿੰਮੇਵਾਰ ਨਹੀਂ ਹੋਣਾ ਜੇ ਸਿੰਘਾਂ ਨੇ ਸੋਧਾ ਲਾਇਆ, ਜੇ ਉਹਦੇ ਨਾਲ ਘਾਟਾ ਵਾਧਾ ਹੋ ਗਿਆ। ਪਹਿਲਾਂ ਹੀ ਇਤਲਾਹ ਦੇ ਦਿਓ ਸਰਕਾਰ ਨੂੰ ਵੀ ਅਸੀਂ ਉਹਦੀ ਜ਼ਿੰਮੇਵਾਰੀ ਨਹੀਂ ਲੈਂਦੇ, ਆਪਣਾ ਇੰਤਜ਼ਾਮ ਪਹਿਲਾਂ ਕਰ ਲਿਆ ਜਾਵੇ। ਸਾਡੇ ਕੋਲ ਸਾਡੇ ਦੀਵਾਨ ਵਿੱਚ ਕੋਈ ਮਾਸ ਸ਼ਰਾਬ ਖਾ ਪੀ ਕੇ ਹੁੱਕਾ ਪੀਣ ਵਾਲਾ ਨਹੀਂ ਆਉਣਾ ਚਾਹੀਦਾ ਹੈ। ਭਾਈ ਜੇ ਮਾਰਦਿਆਂ ਮਾਰਦਿਆਂ ਉਹਦਾ ਖੂਨ ਹੋ ਗਿਆ ਤੇ ਅਸੀਂ ਜ਼ਿੰਮੇਵਾਰ ਨਹੀਂ, ਅਸੀਂ ਉਹਦਾ ਖੂਨ ਨਹੀਂ ਭਰਾਂਗੇ। ਧਰਮ ਹੋਏ ਵਰ ਹਰਨਾ, ਗੁਰਮੁਖ ਪਿਆਰੇ ਉਹ ਸਤਿਗੁਰਾਂ ਹੁਕਮ ਦੇ ਦਿੱਤਾ ਕਿ ਧਰਮ ਦੀ ਕਾਰ ਹੈ, ਧਾਰਮਿਕ ਸਥਾਨ ਹੈ, ਤੇ ਲੋਕ ਕਰਦੇ ਸਨ ਇੱਦਾਂ। ਗੁਰੂ ਰਾਮ ਸਿੰਘ ਤੋਂ ਬਾਅਦ ਜਦੋਂ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਵੀ ਬਾਅਦ ਬੜਾ ਸਮਾਂ ਜਦੋਂ ਕੋਈ ਹੋਲੇ ਮਹੱਲੇ ਉੱਥੇ ਗਿਆ ਨਾ, ਤੇ ਜਿਵੇਂ ਕੈਦ ਵੀ ਖਸਮਾਂ ਬਾਜੋਂ ਸੌਣ ਤੇ ਆਈਆਂ, ਸਾਰ ਲੈਣ ਵਾਲਾ ਹੀ ਕੋਈ ਨਾ ਰਹਿ ਗਿਆ, ਤੇ ਆਨੰਦਪੁਰ ਮੇਲੇ ਵਿੱਚ ਵੀ ਨਾ ਸ਼ਰਾਬਾਂ ਪੀ ਕੇ ਗੰਦੀਆਂ ਬੋਲੀਆਂ ਪਾਉਣ ਵਾਲੇ, ਕੋਈ ਧੀਆਂ ਭੈਣਾਂ ਵੀ ਉੱਥੇ ਬਾਜ਼ਾਰ ਮੇਲੇ 'ਚ ਨਹੀਂ ਜਾ ਸਕਦੀਆਂ ਸਨ। ਮੈਂ ਫਿਰ ਕਿਸੇ ਦਿਨ ਅਰਜ਼ ਕਰਾਂਗਾ। ਫਿਰ ਗੁਰੂ ਪ੍ਰਤਾਪ ਸਿੰਘ ਹੋਲੇ 'ਤੇ ਗਏ ਸਨ ਅਤੇ ਉਹਨਾਂ ਲੋਕਾਂ ਨੂੰ ਸੋਧੇ ਲਾਏ ਸੀ, ਅਤੇ ਲੋਕਾਂ ਨੇ ਖਲੋ ਖਲੋ ਆਖਿਆ ਸੀ ਵੀ ਕਲਗੀਆਂ ਵਾਲਾ ਦੁਬਾਰਾ ਮੁੜ ਕੇ ਆ ਗਿਆ, ਬਾਜਾਂ ਵਾਲਾ ਪਾਤਸ਼ਾਹ ਦੁਬਾਰਾ ਆਨੰਦਪੁਰ ਦੀ ਧਰਤੀ 'ਤੇ ਦੀਦਾਰ ਦੇ ਰਿਹਾ, ਲੋਕੋ ਆਓ ਦਰਸ਼ਨ ਕਰ ਲਓ। ਫਿਰ ਸਮਾਂ ਕਿਤੇ ਮਿਲਿਆ ਚੱਲਦੇ ਇਤਿਹਾਸ 'ਚ ਬੇਨਤੀ ਕਰਾਂਗਾ, ਸਤਿਗੁਰਾਂ ਆਖਿਆ ਕੋਈ ਇੱਦਾਂ ਦਾ ਬੰਦਾ ਆ ਗਿਆ ਭਾਈ, ਤੇ ਸਾਡੇ ਕੋਲੋਂ ਫਿਰ ਕੋਈ ਮਾਫੀ ਨਹੀਂ ਹੈ। ਥਾਣੇ ਵਾਲੇ ਜਿਹੜੇ ਸੀ ਨਾ ਇਹ ਗੱਲ ਸੁਣ ਕੇ ਵੀ ਗੁਰੂ ਰਾਮ ਸਿੰਘ ਚੱਲੇ ਨੇ ਆਨੰਦਪੁਰ ਨੂੰ, ਤੇ ਉਹ ਵੀ ਫਿਰ ਗੁਰਮੁਖੋਂ ਨਾਲ ਉਹਨਾਂ ਨੇ ਪੁਲਿਸ ਦਾ ਦਸਤਾ ਦੇ ਦਿੱਤਾ ਵੀ ਤੁਸੀਂ ਨਾਲ ਰਹਿਣਾ ਵਾ। ਪੁਲਿਸ ਨੂੰ ਹਦਾਇਤ ਕੀਤੀ ਸਿਪਾਹੀਆਂ ਨੂੰ ਵੀ ਕੋਈ ਗੱਲ ਵਾਧਾ ਘਾਟਾ ਹੋਵੇ ਤੇ ਤੁਸੀਂ ਆਪ ਇੰਤਜ਼ਾਮ ਕਰਨਾ, ਤੇ ਜਾਓ ਇਹਨਾਂ ਦੇ ਨਾਲ ਜਾਣਾ ਹੈ। ਆਨੰਦਪੁਰ ਕੋ ਰਘੁਨਾਥ, ਕਹਿੰਦੇ ਨੇ ਆਨੰਦਪੁਰ ਨੂੰ ਰਘੁਨਾਥ ਜੀ ਚੱਲੇ ਹਨ। ਆਨੰਦਪੁਰ ਨੂੰ ਗੁਰੂ ਰਾਮ ਸਿੰਘ ਮਹਾਰਾਜ ਜੀ ਨੇ ਚਾਲੇ ਪਾ ਦਿੱਤੇ ਹਨ। ਗਰੀਬ ਨਵਾਜ ਜਾ ਰਹੇ ਹਨ, ਪੰਚ ਸੈ ਸਾਥ ਸਿਦਾਰੇ, ਕਹਿੰਦੇ ਭੈਣੀ ਸਾਬੋ 500 ਸਿੰਘ ਨਾਲ ਗਿਆ ਗੁਰਮੁਖੋ। ਸਤਿਗੁਰੂ ਰਾਮ ਸਿੰਘ ਮਹਾਰਾਜ ਦੇ ਇਤਿਹਾਸ ਬਾਰੇ ਗੁਰੂ ਪ੍ਰਤਾਪ ਸਿੰਘ ਦੇ ਬਚਨ ਪੜ੍ਹੀਏ, ਪਤਾ ਲੱਗਦਾ ਵੀ 20,000 ਬੰਦਾ ਸਤਿਗੁਰਾਂ ਦੇ ਉੱਥੇ ਲਾਗੇ ਸੀ, ਅੰਗਰੇਜ਼ ਗਿਣਤੀ ਕਰਦੇ ਪਏ ਸਨ। 20,000 ਦੀ ਗਿਣਤੀ ਤਾਂ ਮੰਨੀ ਹੈ ਵੀ 1 ਰੁਪਈਆ ਮੱਥਾ ਟੇਕਣ ਦਾ ਹੁਕਮ ਸੀ, ਉਹ ਵੀ ਗ੍ਰਿਸ਼ਤੀ ਨੂੰ, ਬੇਅੰਗਮ ਨੂੰ ਨਹੀਂ, ਗ੍ਰਿਸ਼ਤੀ ਨੂੰ 1 ਰੁਪਈਆ ਮੱਥਾ ਟੇਕਣ ਦਾ, ਵੱਧ ਨਹੀਂ ਕੋਈ ਟੇਕ ਸਕਦਾ। ਘੱਟ ਟੇਕੇ ਉਹਦੀ ਵੱਖਰੀ ਗੱਲ ਆ, ਪਰ ਰੁਪਈਏ ਤੋਂ ਵੱਧ ਮੱਥਾ ਨਹੀਂ ਟੇਕਣਾ, ਇਹ ਹੁਕਮ ਸੀ। 20,000 ਰੁਪਈਆ ਮੱਥਾ ਉੱਥੇ ਟਿਕਦਾ, ਜਿਹੜਾ 20 ਲੱਖ ਤੋਂ ਵੀ ਵੱਧ ਆ ਅੱਜ ਕੱਲ੍ਹ ਦੇ ਦਿਨਾਂ ਵਿੱਚ।
ਅੰਗਰੇਜ਼ ਗਿਣਦੇ ਸੀ ਸਵੇਰ ਤੋਂ ਸ਼ਾਮਾਂ ਪੈ ਗਈਆਂ ਅਤੇ ਗਿਣਤੀ ਅਜੇ ਤੱਕ ਹੋ ਨਹੀਂ ਸੀ ਸਕੀ ਅਤੇ 20,000 ਦਾ ਗੁਰਮੁਖੋ ਇਕੱਠ ਬੜਾ ਜ਼ਿਆਦਾ ਹੁੰਦਾ ਜੇ 20,000 ਤੋਂ ਵੀ ਵੱਧ ਗਿਣਤੀ ਸੀ। ਗੁਰੂ ਰਾਮ ਸਿੰਘ ਦੇ ਸਮੇਂ ਪੰਜਾਬ ਵਿੱਚ ਤਕਰੀਬਨ ਹੀ ਤਕਰੀਬਨ ਨਾਮਧਾਰੀ ਸਿੱਖ ਸਾਰੇ ਹੀ ਪੰਜਾਬ ਦੇ ਸਨ। ਕੋਈ ਇੱਕਾ ਦੁੱਕਾ ਬਾਅਦ ਵਿੱਚ ਕੋਈ ਕੋਈ ਘਰ ਰਹਿ ਗਿਆ ਹੋਵੇਗਾ, ਉਹ ਵੀ ਕੋਈ ਮਾਸੀ ਸ਼ਰਾਬੀ ਕੋਈ ਕੁਰੈਤੀਆ, ਪਰ ਜਿਹੜੇ ਸਿੱਖ ਅਖਵਾਉਂਦੇ ਹੀ ਨਾ ਆਪਣੇ ਆਪ ਨੂੰ, ਉਹ ਸਾਰੇ ਦੇ ਸਾਰੇ ਗੁਰੂ ਰਾਮ ਸਿੰਘ ਦੇ ਚਰਨੀ ਲੱਗ ਚੁੱਕੇ ਸਨ। ਉਹ ਤੇ ਬਾਅਦ ਵਿੱਚ ਅੰਗਰੇਜ਼ ਦੀ ਸਾਜਿਸ਼ ਦੇ ਨਾਲ ਜਿਹੜੀਆਂ ਲਹਿਰਾਂ ਉੱਠੀਆਂ ਅਤੇ ਕਈ ਕੁਝ ਅਸੀਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਇੱਥੇ। ਗੁਰਮੁਖ ਪਿਆਰਿਓ, ਅੰਗਰੇਜ਼ ਦੀ ਸਾਜਿਸ਼ ਦੇ ਨਾਲ ਉਹ ਸਾਰਾ ਕੁਝ ਹੋਇਆ। ਨਾਮਧਾਰੀ ਲਹਿਰ ਨੂੰ ਦਬਾਉਣ ਵਾਸਤੇ, ਮਕਾਉਣ ਵਾਸਤੇ, ਖਤਮ ਕਰਨ ਵਾਸਤੇ, ਵਿਰੋਧ ਕਰਨ ਵਾਸਤੇ, ਅਤੇ ਅੰਗਰੇਜ਼ ਸਿਆਣੇ ਦਿਮਾਗ ਵਾਲੇ ਸਨ, ਉਹਨਾਂ ਸੋਚਿਆ ਵੀ ਇਹਨਾਂ ਦਾ ਵਿਰੋਧ ਇਹਨਾਂ ਦੇ ਹੀ ਭਰਾਵਾਂ ਤੋਂ ਕਰਾਇਆ ਜਾਵੇ, ਇਹਨਾਂ ਦੇ ਹੀ ਜਿਹੜੇ ਭਾਈ ਬੰਧੂਆਂ ਸਿੱਖਾਂ ਤੋਂ ਕਰਾਇਆ ਜਾਵੇ, ਅਤੇ ਇਹਨਾਂ ਦਾ ਨੁਕਸਾਨ ਜ਼ਿਆਦਾ ਕਰ ਸਕਦੇ ਹਾਂ ਜੇ ਅਸੀਂ ਵਿਰੋਧ ਕਰਾਂਗੇ ਸਿੱਧੇ ਰੂਪ ਵਿੱਚ, ਅਤੇ ਸਾਰਾ ਪੰਜਾਬ ਸਾਰਾ ਦੇਸ਼ ਸਾਡਾ ਵੈਰੀ ਬਣ ਜਾਏਗਾ। ਇਸ ਕਰਕੇ ਉਹਨੇ ਸਾਡੇ ਹੀ ਭਰਾਵਾਂ ਤੋਂ, ਸਾਡੇ ਹੀ ਵਿਰੁੱਧ ਧਾਰਮਿਕ ਤੌਰ 'ਤੇ ਵਿਰੋਧ ਕਰਾਉਣਾ, ਕਿਉਂਕਿ ਉਹ ਜਾਣਦਾ ਕਿ ਫੁੱਟ ਪਾ ਕੇ ਕਿਵੇਂ ਪਾੜਿਆ ਜਾ ਸਕਦਾ, ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਬੜੀ ਚੰਗੀ ਤਰ੍ਹਾਂ ਉਹ ਅਪਣਾਉਣਾ ਜਾਣਦਾ। ਜਦੋਂ ਪਾਕਿਸਤਾਨ ਹਿੰਦੁਸਤਾਨ ਬਣਦਾ, ਬੜੇ ਆਰਾਮ ਦੇ ਨਾਲ ਲੋਕ ਰਹਿੰਦੇ ਨੇ, ਸਦੀਆਂ ਤੋਂ ਰਹਿੰਦੇ ਆਏ ਸਨ, ਹੁਣ ਵੀ ਰਹਿ ਸਨ, ਪਰ ਧਰਮ ਦੇ ਨਾਮ ਦੇ ਉੱਤੇ ਦੇਸ਼ ਬਣਾ ਦਿੱਤਾ ਉਹਨਾਂ ਨੇ। ਤੁਸੀਂ ਸੋਚ ਵੇਖੋ, ਜਿਹੜੇ ਬੰਦੇ ਧਰਮ ਦੇ ਨਾਂ 'ਤੇ ਦੇਸ਼ ਦੀ ਵੰਡ ਕਰ ਸਕਦੇ ਆ, ਉਹ ਧਰਮ ਦੇ ਨਾਂ 'ਤੇ ਇੱਕ ਪੰਥ ਨੂੰ, ਸੰਪਰਦਾ ਨੂੰ, ਸਿੱਖਾਂ ਦੇ ਸਮੂਹ ਨੂੰ ਪਾੜ ਨਹੀਂ ਸਕਦੇ, ਉਹਨਾਂ ਵਾਸਤੇ ਕਿੱਡੀ ਕੁ ਵੱਡੀ ਗੱਲ ਆ। ਜਿਹੜੇ ਦੇਸ਼ਾਂ ਨੂੰ ਪਾੜਨ ਦੀ ਸਮਰੱਥਾ ਰੱਖਦੇ ਆ, ਉਹ ਦੇਸ਼ ਦੇ ਵਿੱਚ ਹੀ ਇੱਕ ਘਰ ਨੂੰ, ਭਰਾਵਾਂ ਭਰਾਵਾਂ ਨੂੰ ਅੱਡ ਕਰਨ ਵਿੱਚ ਉਹਨਾਂ ਦਾ ਕੋਈ ਜ਼ੋਰ ਨਹੀਂ ਲੱਗਦਾ, ਉਹ ਤਾਂ ਕੰਮ ਹੀ ਇਹ ਜਾਣਦੇ ਸਨ, ਉਹਨਾਂ ਦੇ ਕੋਲ ਹੈ ਹੀ ਇਹ ਸਾਰਾ ਕੁਝ ਸੀ। ਹੁਣ ਸਿੱਖ ਰਾਜ ਜਦੋਂ ਮੁੱਕਦਾ, ਜਦੋਂ ਸਿੱਖ ਰਾਜ ਖਤਮ ਹੁੰਦਾ, ਤਾਂ ਦੁਨੀਆ ਦਾ ਕੋਈ ਇੱਦਾਂ ਦਾ ਤਾਕਤਵਰ ਬੰਦਾ ਨਹੀਂ ਸੀ, ਸਾਰੀ ਦੁਨੀਆ 'ਤੇ ਕੋਈ ਇੱਦਾਂ ਦਾ ਜਰਨੈਲ ਸੂਰਮਾ ਨਹੀਂ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਥਾਪਿਤ ਕੀਤੇ ਰਾਜ ਵੱਲ ਉੱਚੀ ਅੱਖ ਕਰਕੇ ਵੀ ਵੇਖ ਜਾਂਦਾ। ਪਰ ਉਹਨਾਂ ਨੇ ਤਰੀਕਾ ਹੀ ਇੱਦਾਂ ਦਾ ਵਰਤਿਆ, ਘਰ ਪਾੜ ਦਿੱਤਾ, ਜੰਮੂ ਵਾਲੇ ਰਾਜੇ ਖਰੀਦ ਲਏ ਗੁਲਾਬ ਸਿੰਘ ਹੋਣੀ, ਆਪਣੇ ਹੱਥ ਵਿੱਚ ਕਰ ਲਿਆ, ਵਿੱਚ ਬੰਦੇ ਆਪਣੇ ਵਾੜ ਦਿੱਤੇ, ਇੱਦਾਂ ਦਾ ਕੰਮ ਕਰਕੇ ਜਿਹੜੀ 40-50 ਸਾਲਾਂ ਤੋਂ ਸਥਾਪਿਤ 40 ਸਾਲ ਰਾਜ ਕੀਤਾ ਮਹਾਰਾਜੇ ਨੇ, 10 ਸਾਲਾਂ 'ਚ ਤਹਿਸ ਨਹਿਸ ਕਰਕੇ ਰੱਖ ਦਿੱਤਾ। ਗੁਰਮੁਖੋ, ਅੱਜ ਇੰਗਲੈਂਡ ਵਿੱਚ ਥੋੜ੍ਹਾ ਜਿਹਾ ਪਿਛਲੇ ਦਿਨਾਂ 'ਚ ਦੁਨੀਆ ਦੇ ਉਹਨਾਂ ਸਾਰੇ ਰਾਜਾਂ ਨੂੰ ਬਰਾਬਰਤਾ ਦੇ ਕੇ ਵੇਖਿਆ ਕਿ ਸਭ ਤੋਂ ਵਧੀਆ ਰਾਜ ਕਿਹੜਾ, ਕਿੰਨੇ ਕੀਤਾ ਅੱਜ ਤੱਕ ਦੁਨੀਆ 'ਤੇ, ਅਤੇ ਸਿੱਟਾ ਇਹ ਨਿਕਲਿਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੱਜ ਤੱਕ ਦੁਨੀਆ 'ਤੇ ਜਿੰਨੇ ਵੀ ਰਾਜੇ ਹੋਏ ਨੇ, ਮਹਾਰਾਜੇ ਰਣਜੀਤ ਸਿੰਘ ਵਰਗਾ ਰਾਜ ਕੋਈ ਨਹੀਂ ਕਰ ਸਕਿਆ, ਸਿੱਖਾਂ ਦੇ ਰਾਜ ਵਰਗਾ ਅੱਜ ਤੱਕ ਰਾਜ ਧਰਤੀ 'ਤੇ ਆਇਆ ਹੀ ਨਹੀਂ, ਹੋ ਹੀ ਨਹੀਂ ਸਕਿਆ ਕਿਸੇ ਦੇ ਕੋਲੋਂ, ਅਤੇ ਹੁਣ ਉਹ ਪਛਤਾਏ ਇਸ ਗੱਲ 'ਤੇ, ਅਸੀਂ ਕਿਉਂ ਇੱਦਾਂ ਦਾ ਰਾਜ ਬਰਬਾਦ ਕੀਤਾ, ਅਸੀਂ ਕਿਉਂ ਇੱਦਾਂ ਦਾ ਰਾਜ ਨਾਸ ਕੀਤਾ,
ਕਿਉਂ ਇਦਾਂ ਦੇ ਰਾਜ ਨੂੰ ਖਤਮ ਕੀਤਾ ਜਿਹਦੇ ਕੋਲੋਂ ਬੜਾ ਕੁਝ ਸਿੱਖਿਆ ਜਾ ਸਕਦਾ ਸੀ, ਜਿਹਦੇ ਕੋਲੋਂ ਬੜਾ ਕੁਝ ਪ੍ਰਾਪਤ ਕੀਤਾ ਜਾ ਸਕਦਾ ਸੀ। ਗੁਰਮੁਖੋ, ਮਹਾਰਾਜੇ ਨੇ ਆਪਣੇ ਰਾਜ ਕਾਲ ਵਿੱਚ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ। ਮਹਾਰਾਜੇ ਨੇ ਆਪਣੇ ਰਾਜ ਵਿੱਚ ਜਿੱਥੇ ਗੁਰਦੁਆਰਿਆਂ 'ਤੇ ਸੋਨਾ ਚੜ੍ਹਾਇਆ, ਜਿੱਥੇ ਨੰਦੇੜ ਸਾਹਿਬ ਗੁਰਦੁਆਰਾ ਜਾਂ ਹੋਰ ਗੁਰਦੁਆਰੇ ਜਗੀਰਾਂ ਦਿੱਤੀਆਂ, ਉੱਥੇ ਮਹਾਰਾਜੇ ਨੇ ਮੰਦਰ ਵੀ ਉਹਨੇ ਬਣਾਏ, ਮਸੀਤਾਂ ਵੀ ਉਹਨੀਆਂ ਬਣਾਈਆਂ। ਜੇ ਗੁਰਦੁਆਰੇ ਨੂੰ ਜਗੀਰਾਂ ਦਿੱਤੀਆਂ ਤਾਂ ਮਸੀਤਾਂ ਨੂੰ ਵੀ ਜਗੀਰਾਂ ਦਿੱਤੀਆਂ ਗਈਆਂ। ਸਗੋਂ ਕੁਰਾਨ ਸ਼ਰੀਫ ਦੇ ਉਲੱਥੇ ਲਿਖ ਕੇ ਉਤਾਰੇ ਕਰਵਾ ਕੇ ਬਹੁਤ ਜ਼ਿਆਦਾ ਲੋਕਾਂ ਵਿੱਚ ਵੰਡੇ ਗਏ। ਇਹਨੂੰ ਕਹਿੰਦੇ ਨੇ ਰਾਜਾ। ਹੁਣ ਜੇ ਅੱਜ ਕੱਲ੍ਹ ਰਾਜ ਪ੍ਰਬੰਧ ਦੀ ਗੱਲ ਕਰੀਏ ਤਾਂ ਅਗਲੇ ਕਹਿਣਗੇ ਇੱਥੇ ਗੁਜਰਾਤ ਵਿੱਚ ਸਿੱਖਾਂ ਦੇ 100-100 ਸਾਲ ਦੇ ਪਟੇ ਸਨ ਅਤੇ 100-100 ਸਾਲ ਦੀਆਂ ਰਜਿਸਟਰੀਆਂ ਉਹਨਾਂ ਦੀਆਂ ਕੈਂਸਲ ਕਰ ਦਿੱਤੀਆਂ ਗਈਆਂ ਇੱਕ ਜਾਤੀ ਭੇਦ ਕਰਕੇ। ਜਿੰਨਾ ਚਿਰ ਇਹ ਜਾਤੀ ਭੇਦ ਭਾਵ ਕੱਟੜਤਾ ਨਹੀਂ ਨਾ ਖਤ ਰਾਜੇ ਨੂੰ, ਗੁਰਮੁਖੋ ਮੰਤਰੀ ਰਾਜ ਰਾਜਾ ਜਿਹੜਾ, ਜੇ ਉੱਥੇ ਭੇਦ ਭਾਵ ਕੱਟੜਤਾ ਵੀ ਆ ਹਿੰਦੂ ਨੇ, ਆ ਸਿੱਖ ਨੇ, ਮੁਸਲਮਾਨ ਨੇ, ਉਹ ਰਾਜਾ ਰਾਜ ਕਰ ਹੀ ਨਹੀਂ ਸਕਦਾ, ਉਹ ਦੇਸ਼ ਕਦੇ ਕਾਮਯਾਬ ਹੋ ਹੀ ਨਹੀਂ ਸਕਦਾ। ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੀ ਕਾਮਯਾਬੀ ਇਹ ਵੀ ਸੀ ਇੱਕ ਬੜੀ ਵੱਡੀ ਕਿ ਉਹਨੇ ਹਿੰਦੂਆਂ ਵਿੱਚ, ਸਿੱਖਾਂ ਵਿੱਚ, ਮੁਸਲਮਾਨਾਂ ਵਿੱਚ ਕੋਈ ਭੇਦ ਨਹੀਂ ਕੀਤਾ, ਕੋਈ ਫਰਕ ਨਹੀਂ ਕੀਤਾ। ਗੁਰਮੁਖੋ, ਗੁਰੂ ਰਾਮ ਸਿੰਘ ਜਾ ਰਹੇ ਨੇ ਆਨੰਦਪੁਰ ਹੋਲੇ ਨੂੰ, ਨਾਲ ਕੌਣ ਕੌਣ ਜਾ ਰਿਹਾ, ਕਿਹੜੇ ਕਿਹੜੇ ਸਿੱਖ ਘੋੜੀਆਂ ਅਤੇ ਘੋੜਿਆਂ 'ਤੇ ਸਵਾਰ ਨੇ, ਪੈਦਲ ਕਿਵੇਂ ਨੇ, ਮਗਰ ਮਗਰ ਜਾ ਰਹੇ, ਪੁਲਿਸ ਵਾਲੇ ਨਾਲ ਨੇ। ਇੱਥੋਂ ਕੋ ਗੁਰਮੁਖੋ ਕੱਲ੍ਹ ਮੈਂ ਕਥਾ ਆਰੰਭ ਕਰਦਾਂਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹੇ। ਸਭ ਇੱਕ ਵਾਰ ਗੱਜ ਕੇ